ਚੌਰ ਛਤਰ ਤੱਕ ਦੇ ਮਾਲਕ, ਦਸਾਂ ਗੁਰੂਆਂ ਦੀ ਜਗਦੀ ਜੋਤ, ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਗੋਦ ਵਿੱਚ ਜੁੜ ਬੈਠ ਕੇ ਐਤਵਾਰ ਦੇ ਦਵਾਨਾਂ ਦੀ ਹਾਜ਼ਰੀ ਭਾਰੀ ਗੁਰਪਿਆਰੀ ਸਾਧ ਸਿੰਘ, ਸਭ ਤੋਂ ਪਹਿਲਾਂ ਦਿਵੇਸ਼ਕਤਾ ਦੀ ਬਖਸ਼ੋ ਫਤਿਹ ਪ੍ਰਵਾਨ ਕਰੋ, ਗੱਜ ਵੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਹੀ ਵੱਡੇ ਭਾਗ ਹਨ ਸਮੂਹ ਸੰਗਤ ਐਤਵਾਰ ਦੇ ਦਵਾਨਾਂ ਦੇ ਵਿੱਚ ਕੰਮਾਂ ਕਾਰਾਂ 'ਚੋਂ ਬਿਲ ਕੱਢ ਕੇ ਗੁਰਘਰ ਪਹੁੰਚ ਕੇ ਦਵਾਨਾਂ ਦੀਆਂ ਹਾਜ਼ਰੀ ਭਰੀਆਂ ਹਨ। ਆਪ ਨੇ ਬਹੁਤ ਹੀ ਰਸਮੀ ਕੀਰਤਨ ਭਾਈ ਸਾਹਿਬ ਜਸਕਰਨ ਸਿੰਘ ਦਾ ਸਾਥੀਆਂ ਪਾਸੋਂ ਬੜੇ ਪਿਆਰ ਸਰਵਣ ਕੀਤੇ ਹਨ। ਅਸੀਂ ਭਾਈ ਸਾਹਿਬ ਦੇ ਬਹੁਤ ਧੰਨਵਾਦੀ ਹਾਂ। ਗੁਰਪਿਆਰੇ ਸਾਧ ਸਿੰਘ ਜੀ, ਅੱਜ ਸੰਗਰਾਂਦ ਦਾ ਦਿਹਾੜਾ ਹੈ। ਸਾਵਣ ਦੀ ਸੰਗਰਾਂਦ ਦੀ ਜੋ ਆਰੰਭਤਾ ਹੋਈ ਹੈ ਗੁਰੂ ਮਹਾਰਾਜ ਮੇਰ ਕਰਨ, ਇਹ ਜੋ ਸਾਵਣ ਦਾ ਮਹੀਨਾ ਹੈ ਸਾਰਿਆਂ ਵਾਸਤੇ ਖੁਸ਼ੀਆਂ ਭਰਿਆ। ਆਵੇ ਚੜ੍ਹਦੀਆਂ ਕਲਾ ਬਖਸ਼ਣ ਗੁਰਪਿਆਰੇ ਸਾਧ ਸਿੰਘ ਜੀ। ਅੱਜ ਦੂਸਰਾ ਜੋ ਆਪਣਾ ਬਹੁਤ ਹੀ ਵੱਡਾ ਇਤਿਹਾਸਿਕ ਦਿਹਾੜਾ, ਭਾਈ ਸਾਹਿਬ ਤਾਰੂ ਸਿੰਘ ਦੀ ਸ਼ਹੀਦੀ ਜੋ ਹੈ ਉਹ ਆਪਾਂ ਮਨਾਉਣੀ ਹੈ। ਇਸੇ ਸੰਬੰਧ ਵਿੱਚ ਦੀਵਾਨ ਸਜਾਏ ਗਏ ਹਨ। ਭਾਈ ਤਾਰੂ ਸਿੰਘ, ਜਿਸ ਤਰ੍ਹਾਂ ਕਿ ਆਪ ਨੂੰ ਪਤਾ ਹੈ ਕਿ ਮੂਲ ਰਾਜ ਦੇ ਵਿੱਚ ਜਿੰਨੇ ਸਖ਼ਤ ਸਜਾਵਾਂ, ਜਿੰਨੇ ਤਸੀਹੇ ਸਿੱਖਾਂ ਵਾਸਤੇ ਇਹਨਾਂ ਨੇ ਸਿੱਖਾਂ ਦਿੱਤੇ ਹਨ, ਹੋਰ ਕਿਸੇ ਕੌਮ ਨਹੀਂ ਦਿੱਤੇ। ਅੱਜ ਜਿਸ ਤਰ੍ਹਾਂ ਕਿ ਆਪਾਂ ਅਰਦਾਸ ਦੇ ਵਿੱਚ, ਰੋਜ਼ਾਨਾ ਅਰਦਾਸ ਵਿੱਚ ਬੋਲਦੇ ਹਾਂ, ਉਹਨਾਂ ਸ਼ਹੀਦਾਂ ਉਹਨਾਂ ਦੇ ਜਿਹਨੇ ਇਹਨਾਂ ਦੇ ਤਨਵੇ ਸ਼ਹੀਦ ਦਿੱਤੇ, ਬੰਦ ਕਟਾਏ ਗਏ, ਖੋਪਰੀਆਂ ਨੁਹਾਈਆਂ, ਚਰੱਖਣੀਆਂ 'ਤੇ ਚੜ੍ਹੇ, ਉਹਨਾਂ ਦੀ ਅਰਦਾਸ ਵਿੱਚ ਆਪਾਂ ਨਾਂ ਬੋਲਦੇ ਹਾਂ। ਉਹਨਾਂ ਵਿੱਚੋਂ ਭਾਈ ਸਾਹਿਬ ਤਾਰੂ ਸਿੰਘ ਜਿਹਨਾਂ ਦਾ ਸ਼ਹੀਦੀ ਦਿਹਾੜਾ ਹੈ, ਆਪ ਨੂੰ ਭਾਈ ਸਾਹਿਬ ਸੁਖਵਿੰਦਰ ਸਿੰਘ ਗੁਰਘਰ ਦੀ ਕਥਾ ਵਾਚਕ 11:50 ਤੱਕ ਸਿੱਖ ਇਤਿਹਾਸ ਦੇ ਨਾਲ ਭਾਈ ਤਾਰੂ ਸਿੰਘ ਦੀ ਜੀਵਨੀ ਅਤੇ ਉਹਨਾਂ ਦੇ ਇਤਿਹਾਸ ਬਾਰੇ ਆਪ ਨੂੰ ਸਰਪਣ ਕਰਾਉਣਗੇ। ਆਪ ਬੜੇ ਪਿਆਰ ਸਾਹਿਬ ਇਹਨਾਂ ਪਾਸੋਂ ਸੰਗਰਾਂਦ ਦਾ ਦਿਹਾੜਾ ਅਤੇ ਤਾਂ ਭਾਈ ਸਾਹਿਬ ਤਾਰੂ ਸਿੰਘ ਦੀ ਸ਼ਹੀਦੀ ਹੈ, ਇਹਦੇ ਬਾਰੇ ਇਹਨਾਂ ਪਾਸੋਂ ਸਰਪਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀ, ਛੱਡਿਆਸ
ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਦਸਾਂ ਪਾਤਸ਼ਾਹੀਆਂ ਦੀ ਜਾਗਦੀ ਜੋਤ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਮੁਬਾਰਕ ਹਜ਼ੂਰੀ ਦੇ ਅੰਦਰ ਬੜੇ ਹੀ ਪਿਆਰ ਸਤਿਕਾਰ ਭਾਵਨਾ ਦੇ ਨਾਲ ਸਜੇ ਹੋਏ ਹਫ਼ਤਾਵਾਰੀ ਵਿਸ਼ੇਸ਼ ਦੀਵਾਨਾਂ ਦੀਆਂ ਹਾਜ਼ਰੀਆਂ ਭਰਦਿਆਂ ਹੋਇਆਂ ਆਪਣੇ ਜੀਵਨ ਦੀਆਂ ਕੁਝ ਕੁ ਘੜੀਆਂ ਨੂੰ ਸਫ਼ਲ ਕਰ ਰਹੇ ਪਰਮ ਸਤਿਕਾਰਯੋਗ ਸਤਸੰਗੀ ਜਨੋ ਸਤਿਗੁਰੂ ਜੀ ਦੀ ਅਪਾਰ ਕਿਰਪਾ ਦੇ ਸਦਕਾ ਜਿੱਥੇ ਅੱਜ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਵਿੱਚੋਂ ਸਾਵਣ ਦਾ ਮਹੀਨਾ ਆਰੰਭ ਕਰਨ ਜਾ ਰਹੇ ਹਾਂ, ਉੱਥੇ ਨਾਲ ਹੀ ਨਾਲ ਇਹ ਸਾਵਣ ਦੇ ਮਹੀਨੇ ਉਹ ਮਹਾਨ ਗੁਰਸਿੱਖ ਮਹਾਨ ਗੁਰੂ ਘਰ ਦੇ ਅਨੰਨ ਸਿੱਖ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਦਾ ਅੱਜ ਸ਼ਹੀਦੀ ਦਿਹਾੜਾ ਵੀ ਅਸੀਂ ਬੜੀ ਭਾਵਨਾ ਦੇ ਨਾਲ ਮਨਾ ਰਹੇ ਹਾਂ। ਆਓ ਜਿਤਨਾ ਕੁ ਸਮਾਂ ਪ੍ਰਾਪਤ ਹੋਇਆ ਉਹ ਸਮੇਂ ਦਾ ਧਿਆਨ ਰੱਖਦਿਆਂ ਹੋਇਆਂ ਵਿਚਾਰਾਂ ਦੀ ਸਾਂਝ ਨਾਲ ਜੁੜਨਾ ਕਰੀਏ ਜੀ। ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਸਰਵੰਸਦਾਨੀ ਪਿਤਾ ਸਾਹਿਬ ਕਮਾਲ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੁਆਰਾ ਬਖਸ਼ੀ ਹੋਈ ਫਤਿਹ ਪ੍ਰਵਾਨ ਕਰੋ ਜੀ। ਸਾਰੇ ਗੱਜ ਕੇ ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਿੱਖ ਦੀ ਜ਼ਿੰਦਗੀ ਦੇ ਅੰਦਰ ਭਾਵੇਂ ਸ਼ਹੀਦ ਸ਼ਬਦ ਦਾ ਬਹੁਤ ਗੂੜਾ ਸੰਬੰਧ ਹੈ, ਪਰ ਸ਼ਹੀਦ ਸ਼ਬਦ ਹਿੰਦੁਸਤਾਨ ਦੀ ਲਿਪੀ ਦੇ ਵਿੱਚ ਕਿਧਰੇ ਵੀ ਨਹੀਂ। ਸ਼ਹੀਦ ਸ਼ਬਦ ਅਸਲ ਵਿੱਚ ਅਰਬੀ ਦਾ ਸ਼ਬਦ ਹੈ। ਇਹਦਾ ਅਰਥ ਹੈ ਗਵਾਹੀ, ਇਹਦਾ ਅਰਥ ਹੈ ਸੱਚੀ ਸਾਖੀ, ਭਾਵ ਸ਼ਹੀਦ ਦੀ ਜ਼ਿੰਦਗੀ ਇੱਕ ਉਹ ਸੱਚੀ ਗਵਾਹੀ ਹੈ ਕੌਮ ਲਈ ਕਿ ਉਹ ਕਿਵੇਂ ਆਪਣੀ ਜ਼ਿੰਦਗੀ ਨੂੰ ਕੁਰਬਾਨ ਕਰਕੇ ਸਾਨੂੰ ਉੱਚੇ ਰੁਤਬੇ ਵਿੱਚ ਜਿਉਣ ਦੀ ਜੁਗਤ ਸਿਖਾਉਂਦੇ ਹਨ। ਤੇ ਸਿੱਖ ਧਰਮ ਦੇ ਅੰਦਰ ਇਤਨੀਆਂ ਕੁ ਸ਼ਹੀਦੀਆਂ ਗੁਰੂ ਸਾਹਿਬਾਨ ਤੋਂ ਲੈ ਕਰਕੇ ਹੁਣ ਤੱਕ ਹੁੰਦੀਆਂ ਨੇ ਕਿ ਉਹਨਾਂ ਦੀ ਗਿਣਤੀ ਕਰਨੀ ਵੀ ਬੜੀ ਔਖੀ ਹੈ। ਜਦੋਂ ਅਸੀਂ ਪਿਛਲੇ ਹਫ਼ਤੇ ਜੁੜੇ ਸਾਂ ਤੇ ਜ਼ਿਕਰ ਕੀਤਾ ਸੀ ਭਾਈ ਮਨੀ ਸਿੰਘ ਜੀ ਦੀ ਸ਼ਹੀਦੀ ਦਾ, ਤੇ ਅਰਦਾਸ ਵਿੱਚ ਵੀਰ ਜੀਆਂ ਨੇ ਹੁਣੀ ਆਪ ਜੀ ਨੂੰ ਉਹ ਪਹਿਰਾ ਪੜ੍ਹ ਕੇ ਸੁਣਾਇਆ ਜਿਨ੍ਹਾਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਤੇ ਅੱਜ ਉਹੀ ਅੱਗੇ ਲੜੀ ਨੂੰ ਤੋੜਦਿਆਂ ਖੋਪੜੀਆਂ ਲੁਹਾਈਆਂ। ਅੱਜ ਅਸੀਂ ਉਸ ਭਾਈ ਤਾਰੂ ਸਿੰਘ ਦੀ ਸ਼ਹੀਦੀ ਨਾਲ ਜੁੜਨਾ ਹੈ। ਜ਼ਕਰੀਆ ਖਾਨ ਲਾਹੌਰ ਦਾ ਨਵਾਬ ਹੈ,
ਇਹ ਇਤਨਾ ਕੁ ਜ਼ਾਲਮ ਹੈ ਕਿ ਇਹਨੇ ਕਸਮ ਖਾਧੀ ਹੈ ਵੀ ਮੈਂ ਸਿੱਖਾਂ ਦਾ ਖੁਰਾ ਖੋਜ ਮਿਟਾਉਣਾ, ਮੈਂ ਕੋਈ ਸਿੱਖ ਰਹਿਣ ਨਹੀਂ ਦੇਣਾ। ਇੱਥੋਂ ਤੱਕ 1740 ਵਿੱਚ ਇਹ ਇੱਕ ਐਲਾਨ ਕਰ ਦਿੰਦਾ ਕਿ ਕੋਈ ਸਿੱਖ ਪੰਜਾਬ ਦੀ ਧਰਤੀ 'ਤੇ ਨਹੀਂ ਬਚਿਆ। ਅੱਜ ਮੇਰਾ ਉਹ ਵਿਸ਼ਾ ਨਹੀਂ ਹੈ। 1740 ਵਿੱਚ ਦੋ ਸਿੱਖਾਂ ਨੇ ਇਹਨੂੰ ਦੱਸ ਦਿੱਤਾ ਸੀ ਵੀ ਸਿੱਖ ਮੁੱਕੇ ਨਹੀਂ ਹੈ। ਉਹ ਦੋ ਸਿੱਖ ਸੀ, ਭਾਈ ਬੋਤਾ ਸਿੰਘ, ਭਾਈ ਗਰਜਾ ਸਿੰਘ। ਜਦੋਂ ਉਹਨਾਂ ਨੇ ਚਿੱਠੀ ਵਿੱਚ ਲਿਖ ਦਿੱਤਾ ਸੀ, ਸੱਜਣਾ, ਚਿੱਠੀ ਲਿਖਤਮ ਸਿੰਘ ਬੋਤਾ, ਹੱਥ ਵਿੱਚ ਸੋਟਾ ਵਿੱਚ ਰਾਹ ਖਲੋਤਾ, ਆਨਾ ਲਾਇਆ ਗੱਡੇ ਨੂੰ ਪੈਸਾ ਲਾਇਆ ਖੋਤਾ, ਜਾਂ ਆਖੀ ਭਾਬੀ ਖਾਨੋ ਨੂੰ ਇਉਂ ਆਖੇ ਸਿੰਘ ਬੋਤਾ। ਇਹ 1740 ਦੀ ਘਟਨਾ ਹੈ ਜਿਹਦਾ ਮੈਂ ਆਪ ਜੀ ਨਾਲ ਜ਼ਿਕਰ ਕੀਤਾ ਹੈ। ਇਹ ਜ਼ਕਰੀਆ ਖਾਨ ਨੇ ਉਸ ਵੇਲੇ ਐਲਾਨ ਕੀਤਾ ਪੂਰੇ ਪੰਜਾਬ ਵਿੱਚ ਵੀ ਮੈਂ ਇੱਕ ਵੀ ਸਿੱਖ ਨਹੀਂ ਰਹਿਣ ਦਿੱਤਾ। ਉਸ ਵੇਲੇ ਦੋ ਤਰ੍ਹਾਂ ਦੇ ਸਿੱਖ ਸੀ। ਇੱਕ ਸਿੱਖ ਸੀ ਜੰਗਾਂ ਯੁੱਧਾਂ ਵਿੱਚ ਲੜਨ ਵਾਲੇ, ਆਪਣੀਆਂ ਕੁਰਬਾਨੀਆਂ ਦੇਣ ਵਾਲੇ। ਉਹ ਜੰਗਲਾਂ ਵਿੱਚ ਵੀ ਰਹਿੰਦੇ ਸੀ, ਉਹ ਰੇਗਿਸਤਾਨਾਂ ਵਿੱਚ ਵੀ ਰਹਿੰਦੇ ਸੀ, ਪਰ ਇੱਕ ਸਿੱਖ ਸੀ ਮਿਲ ਵਰਤਣੀਏ ਸਿੱਖ। ਉਹ ਜਿਹੜੇ ਮਿਲ ਵਰਤਣੀਏ ਸਿੱਖ ਸੀ, ਉਹ ਰਹਿੰਦੇ ਪਿੰਡਾਂ ਸ਼ਹਿਰਾਂ ਵਿੱਚ ਸੀ, ਉਹਨਾਂ ਦਾ ਸਰਕਾਰੀ ਦਰਬਾਰੇ ਨਾਲ ਮਿਲ ਵਰਤਣ ਸੀ। ਪਰ ਇੱਕ ਗੱਲ ਚੇਤੇ ਰੱਖਿਓ, ਉਹ ਭਾਵੇਂ ਸਰਕਾਰ ਦਰਬਾਰ ਮਿਲ ਵਰਤਣ ਰੱਖਦੇ ਸੀ, ਪਰ ਉਹਨਾਂ ਦੇ ਅੰਦਰ ਸਿੱਖੀ ਦੀ ਭਾਵਨਾ, ਉਹਨਾਂ ਦੇ ਅੰਦਰ ਸਿੱਖੀ ਪ੍ਰਤੀ ਪਿਆਰ, ਉਹਨਾਂ ਦੇ ਅੰਦਰ ਸਿੱਖੀ ਪ੍ਰਤੀ ਜਜ਼ਬਾ ਜਿਹੜਾ ਸੀ, ਉਹ ਉਤਨਾ ਹੀ ਭਰਪੂਰ ਸੀ ਜਿੰਨਾ ਜੰਗਾਂ ਯੁੱਧਾਂ ਵਿੱਚ ਲੜਨ ਵਾਲੇ ਸਿੰਘਾਂ ਵਿੱਚ ਸੀ, ਉਨਾ ਹੀ ਭਰਪੂਰ ਸੀ। ਸਾਧ ਸੰਗਤ ਜੀ, ਜ਼ਕਰੀਆ ਖਾਨ ਨੇ ਬਹੁਤ ਸਾਰੇ ਐਲਾਨ ਕੀਤੇ। ਉਹਨੇ ਆਖਿਆ ਵੀ ਪੰਜਾਬ ਵਿੱਚ ਕੋਈ ਵੀ ਗੁੜ ਸ਼ਬਦ ਨਹੀਂ ਬੋਲੇਗਾ। ਕਿਉਂ ਨਹੀਂ ਬੋਲੇਗਾ? ਕਿਉਂਕਿ ਗੁੜ ਸ਼ਬਦ ਗੁਰੂ ਨਾਲ ਮੇਲ ਖਾਂਦਾ। ਅੱਜ ਤੋਂ ਬਾਅਦ ਗੁੜ ਸ਼ਬਦ ਨਹੀਂ ਬੋਲਣਾ। ਗੁੜ ਸ਼ਬਦ ਨਹੀਂ, ਗੁੜ ਨੂੰ ਤੁਸੀਂ ਰੋੜੀ ਕਹਿ ਕੇ ਬੋਲਣਾ। ਦੂਜੀ ਉਹਨੇ ਪਾਬੰਦੀ ਲਾਈ ਵੀ ਗ੍ਰੰਥ ਕਿਸੇ ਨੇ ਨਹੀਂ ਕਹਿਣਾ, ਗ੍ਰੰਥ ਕਿਸੇ ਨਹੀਂ ਕਹਿਣਾ। ਭਾਵੇਂ ਜਿਹੜੇ ਮਰਜ਼ੀ ਧਰਮ ਦਾ ਗ੍ਰੰਥ ਹੋਵੇ, ਉਹਨੂੰ ਪੋਥੀ ਕਹਿ ਕੇ ਪੁਕਾਰਿਆ ਜਾਵੇ। ਕਿਉਂਕਿ ਜਦੋਂ ਤੁਸੀਂ ਗ੍ਰੰਥ ਕਹਿੰਦੇ ਹੋ ਤੇ ਗੁਰੂ ਗ੍ਰੰਥ ਸਾਹਿਬ ਨਾਲ ਸੰਬੰਧ ਜੁੜ ਜਾਂਦਾ ਹੈ। ਇਸ ਲਈ ਗ੍ਰੰਥ ਕਿਸੇ ਨਹੀਂ ਕਹਿਣਾ, ਕਿਸੇ ਨੇ ਗੁੜ ਸ਼ਬਦ ਨਹੀਂ ਕਹਿਣਾ। ਇਹੋ ਜਿਹੇ ਪਾਬੰਦੀਆਂ ਇਹਨੇ ਆਪਣੇ ਕਾਲ ਵਿੱਚ ਲਾਈਆਂ, ਆਪਣੀ ਨਵਾਬੀ ਵਿੱਚ ਪੰਜਾਬ ਦੀ ਧਰਤੀ 'ਤੇ ਲਾਈਆਂ। 1745 ਦੇ ਵਿੱਚ ਸਾਧ ਸੰਗਤ ਜੀ ਜ਼ਕਰੀਆ ਖਾਨ ਤਖ਼ਤ 'ਤੇ ਬੈਠਾ ਹੋਏ ਤੇ ਇਤਿਹਾਸ ਗਵਾਹ ਹੈ ਕਿ ਜਦੋਂ ਤੱਕ ਇਹ ਤਖ਼ਤ 'ਤੇ ਰਿਹਾ, ਇਹਨੇ ਆਪਣੇ ਤਖ਼ਤ 'ਤੇ ਬੈਠਿਆਂ ਲਗਭਗ 10,000 ਸਿੰਘਾਂ ਨੂੰ ਸ਼ਹੀਦ ਕੀਤਾ। 10,000 ਸਿੰਘਾਂ ਨੂੰ ਇਹ ਜ਼ਕਰੀਆ ਖਾਨ ਸ਼ਹੀਦ ਕੀਤਾ। ਤੁਸੀਂ ਸੋਚੋ ਕਿ ਅੱਜ ਦੇ ਸਮੇਂ ਅਨੁਸਾਰ ਨਹੀਂ ਪਿਆਰਿਓ, ਉਸ ਵੇਲੇ ਸਿੰਘਾਂ ਦੀ ਗਿਣਤੀ ਇੰਨੀ ਨਹੀਂ ਸੀ, ਪਰ ਉਸ ਵੇਲੇ ਵੀ ਇਹਨੇ ਬਹੁਤ ਸਾਰਾ ਜ਼ੁਲਮ ਕਰਕੇ ਲਗਭਗ ਇਹਨੇ ਇਕੱਲੇ ਨੇ ਤਖ਼ਤ 'ਤੇ ਬੈਠਿਆਂ ਬੈਠਿਆਂ 10,000 ਸਿੰਘਾਂ ਨੂੰ ਸ਼ਹੀਦ ਕੀਤਾ। ਹੁਣ ਇਹਨਾਂ ਸ਼ਹੀਦਾਂ ਵਿੱਚ ਜਿਹੜਾ ਇਹਦੀ ਜ਼ਿੰਦਗੀ ਦਾ ਸਭ ਤੋਂ ਅਖੀਰਲਾ ਸ਼ਹੀਦ ਹੈ, ਉਹ ਭਾਈ ਤਾਰੂ ਸਿੰਘ ਹੈ। ਜ਼ਕਰੀਆ ਖਾਨ ਦੀ ਜ਼ਿੰਦਗੀ ਦਾ ਜਿਹੜਾ ਆਖਰੀ ਨੇ ਸ਼ਹੀਦੀ ਸ਼ਹੀਦ ਕਰਨਾ, ਉਹ ਗੁਰੂ ਦਾ ਪਿਆਰਾ ਸਿੱਖ
ਗੁਰੂ ਦਾ ਅਨੰਦ ਸਿੱਖ 25 ਸਾਲਾਂ ਦਾ ਸਿਰਫ ਭਾਈ ਤਾਰੂ ਸਿੰਘ, ਇਹ ਉਹਦੀ ਸ਼ਹੀਦੀ ਹੈ ਤੇ ਇਹਦਾ ਅੰਤ ਹੈ। 1745 ਦੇ ਅੰਦਰ ਭਾਈ ਤਾਰੂ ਸਿੰਘ ਜਿਹੜਾ ਸੀ ਆਪਣੇ ਨਗਰ ਅੰਮ੍ਰਿਤਸਰ ਦੇ ਵਿੱਚ, ਪਹਿਲੇ ਲਾਹੌਰ ਜ਼ਿਲ੍ਹਾ ਸੀ, ਹੁਣ ਉਸ ਨਗਰ ਦਾ ਜ਼ਿਲ੍ਹਾ ਅੰਮ੍ਰਿਤਸਰ ਹੈ, ਪੂਲਾ ਪਿੰਡ, ਪੂਲੇ ਪਿੰਡ ਦੇ ਅੰਦਰ ਭਾਈ ਤਾਰੂ ਸਿੰਘ ਆਪਣੀ ਮਾਂ ਨਾਲ ਤੇ ਆਪਣੀ ਭੈਣ ਨਾਲ ਰਹਿੰਦਾ। ਭਰੀ ਦੇ ਮਨ ਵਿੱਚ ਬੜਾ ਪਿਆਰ ਹੈ ਗੁਰੂ ਦੀ ਸਿੱਖੀ ਪ੍ਰਤੀ, ਇਹੋ ਕਾਰਨ ਵੀ ਇਹ ਅੰਦਰੋਂ ਜੁੜੇ ਹੈ ਬਾਣੀ ਨਾਲ, ਪੂਰੀ ਤਰ੍ਹਾਂ ਅੰਮ੍ਰਿਤ ਵੇਲੇ ਉੱਠ ਕੇ ਬਾਣੀ ਨਾਲ ਜੁੜਨਾ। ਇਹਨਾਂ ਦੇ ਪਿਤਾ ਭਾਵੇਂ ਬਚਪਨ ਵਿੱਚ ਹੀ ਭਾਈ ਤਾਰੂ ਸਿੰਘ ਦੇ ਚੜ੍ਹਾਈ ਕਰ ਗਏ ਨੇ, ਪਰ ਯਾਦ ਰੱਖਣ ਯੋਗ ਗੱਲ ਹੈ, ਮਾਂ ਨੇ ਆਪਣੇ ਪੁੱਤ ਤੇ ਧੀ ਨੂੰ ਗੁਰਮਤ ਦੀ ਗੁੜ੍ਹਤੀ ਇਹੋ ਜਿਹੀ ਦਿੱਤੀ ਹੈ ਕਿ ਗੁਰੂ ਅਰਜਨ ਦੇ ਪਾਤਸ਼ਾਹ ਦਾ ਮੈਨੂੰ ਸ਼ਬਦ ਚੇਤੇ ਆਉਂਦਾ ਹੈ, ਮਾਂ ਨੇ ਦੋਨਾਂ ਪੁੱਤ ਅਤੇ ਧੀ ਨੂੰ ਗੁਰਮਤ ਦੀ ਗੁੜ੍ਹਤੀ ਦੇ ਕੇ ਇਹੋ ਜਿਹੀਆਂ ਅਸੀਸਾਂ ਦਿੱਤੀਆਂ। ਪੂਤਾ ਮਾਤਾ ਕੀ ਆਸੀਸ, ਨਿਮਖ ਨਾ ਵਿਸਰੋ ਤੁਮਕੋ ਹਰ ਹਰ, ਸਦਾ ਭਜੋ ਜਗਦੀਸ਼। ਦੇਖੋ ਮਾਂ ਬਚਪਨ ਵਿੱਚ ਬੱਚਾ ਹੋਵੇ ਦੋ ਚੀਜ਼ਾਂ ਦਾ ਚੇਤੇ ਰੱਖਦੀ ਹੈ, ਇੱਕ ਮੇਰੇ ਬੱਚੇ ਦੀ ਖੁਰਾਕ ਚੰਗੀ ਹੋਵੇ, ਦੂਜੀ ਮੇਰੇ ਬੱਚੇ ਦੀ ਪੋਸ਼ਾਕ ਚੰਗੀ ਹੋਵੇ, ਦੋਨਾਂ ਚੀਜ਼ਾਂ ਦਾ ਖਿਆਲ ਰੱਖਦੀ ਹੈ। ਭਾਈ ਤਾਰੂ ਸਿੰਘ ਦੀ ਮਾਂ ਨੇ ਜਿੱਥੇ ਖੁਰਾਕ ਕਿਹੜੀ ਦਿੱਤੀ, ਤਨ ਦੀ ਖੁਰਾਕ ਤਾਂ ਦਿੰਦੀ ਉਹ ਸੀ, ਨਾਲ ਉਹਨੇ ਮਨ ਦੀ ਖੁਰਾਕ ਵੀ ਦਿੱਤੀ। ਬਚਪਨ ਵਿੱਚ ਹੀ ਆਪਣੀ ਪੁੱਤਰ ਆਪਣੀ ਪੁੱਤਰੀ ਨੂੰ ਬਾਣੀ ਦੀ ਖੁਰਾਕ ਦੇ ਕੇ ਕਿਹਾ, ਪੁੱਤਰ ਭੋਜਨ ਤੁਹਾਡੇ ਲਈ ਰੱਬ ਦਾ ਨਾਮ ਹੈ, ਭੋਜਨ ਤੁਹਾਡੇ ਲਈ ਬਾਣੀ ਹੈ, ਜਿਵੇਂ ਤਨ ਦੀ ਭੁੱਖ ਤੁਹਾਡੀ ਬਾਹਰੀ ਖੁਰਾਕ ਨੇ ਮਿਟਾਉਣੀ ਹੈ, ਉਵੇਂ ਤੁਹਾਡੇ ਮਨ ਦੀ ਭੁੱਖ ਨਾਮ ਨੇ ਮਿਟਾਉਣੀ ਹੈ, ਬਾਣੀ ਨੇ ਮਿਟਾਉਣੀ ਹੈ। ਖੁਰਾਕ ਦਿੱਤੀ ਮਾਂ ਨੇ ਭਾਈ ਤਾਰੂ ਸਿੰਘ ਨੂੰ ਬਾਣੀ ਦੀ, ਪੋਸ਼ਾਕ ਕਿਹੜੀ ਦਿੱਤੀ, ਭਾਈ ਤਾਰੂ ਸਿੰਘ ਨੂੰ ਬਚਪਨ ਵਿੱਚ ਹੀ ਅੰਮ੍ਰਿਤ ਨਾਲ ਜੋੜ ਕੇ ਉਹਨੂੰ ਇੱਕ ਸੋਹਣੀ ਪੰਜ ਕਕਾਰੀ ਪੋਸ਼ਾਕ ਦੇ ਦਿੱਤੀ, ਔਰ ਇਹ ਵੀ ਕਿਹਾ ਵੀ ਪੁੱਤਰ ਤੇਰੇ ਕੋਲ ਖੁਰਾਕ ਵੀ ਹੈ, ਤੇਰੇ ਕੋਲ ਪੋਸ਼ਾਕ ਵੀ ਹੈ, ਪਰ ਮੈਂ ਤੈਨੂੰ ਇੱਕ ਗੱਲ ਕਹਿਣੀ ਚਾਹੁੰਦੀ ਹਾਂ ਵੀ ਅੱਜ ਤੋਂ ਬਾਅਦ ਤੈਂ ਦੋਨੇ ਚੀਜ਼ਾਂ ਨਹੀਂ ਛੱਡਣੀਆਂ, ਭਾਵੇਂ ਤੇਰੀ ਜ਼ਿੰਦਗੀ ਖਤਮ ਹੋ ਜਾਵੇ, ਨਾ ਤੇ ਖੁਰਾਕ ਪਾਣੀ ਨਾਲੋਂ ਟੁੱਟਣੇ, ਨਾ ਪੋਸ਼ਾਕ ਪੰਜ ਕਕਾਰੀ ਵਰਦੀ ਨਾਲੋਂ ਟੁੱਟਣੇ। ਹੁਣ ਜਿਹਦੇ ਬਚਪਨ ਵਿੱਚ ਹੀ ਗੁਰਮਤ ਦੀ ਗੁੜ੍ਹਤੀ ਭਰ ਦਿੱਤੀ ਜਾਵੇ ਉਹ ਬੱਚਾ ਕਿਵੇਂ ਟੁੱਟ ਸਕਦਾ ਹੈ। ਅੱਜ ਸਾਡੇ ਵਿੱਚ ਕਮੀ ਇਹ ਹੈ, ਅਸੀਂ ਭਾਈ ਤਾਰੂ ਸਿੰਘ ਦਾ ਸ਼ਹੀਦੀ ਦਿਹਾੜਾ ਮਨਾ ਰਹੇ ਹਾਂ, ਮੈਂ ਨਾਲ ਅੱਜ ਦੇ ਹਾਲਾਤਾਂ ਦੀ ਵੀ ਕਰਦੇ ਹਾਂ, ਕਿਉਂਕਿ ਅੱਜ ਸਾਡੀ ਜ਼ਿੰਦਗੀ ਦੇ ਅੰਦਰ ਉਹ ਪੋਸ਼ਾਕ ਤੇ ਖੁਰਾਕ ਨਹੀਂ ਰਹੀ। ਇਹੋ ਕਾਰਨ ਹੈ ਵੀ ਜਦੋਂ ਤੱਕ ਸਾਡੇ ਬੱਚੇ ਜਵਾਨੀ ਤੱਕ ਪਹੁੰਚਦੇ ਨੇ ਉਹਨਾਂ ਦੀ ਜ਼ਿੰਦਗੀ 'ਚੋਂ ਬਾਣੀ ਅਤੇ ਬਾਣਾ ਜਿਹੜੇ ਮੁੱਕਰ ਹੋ ਜਾਂਦੇ ਨੇ, ਦੂਰ ਚਲੇ ਜਾਂਦੇ ਨੇ, ਨਾ ਉਹਨਾਂ ਦੀ ਜ਼ਿੰਦਗੀ 'ਚ ਬਾਣੀ ਹੈ, ਨਾ ਉਹਨਾਂ ਦੀ ਜ਼ਿੰਦਗੀ 'ਚ ਬਾਣਾ ਹੈ। ਗੁਰਸਿੱਖੋ 25 ਸਾਲ ਦੀ ਉਮਰ 'ਚ ਸ਼ਹੀਦੀ ਦਿੱਤੀ ਭਾਈ ਤਾਰੂ ਸਿੰਘ ਨੇ, ਉਹ 25 ਸਾਲਾਂ ਤੱਕ ਮਾਂ ਨੇ ਇੰਨਾ ਕੁ ਗੁਰਮਤ ਦੀ ਗੁੜ੍ਹਤੀ ਦੇ ਕੇ ਐਡਾ ਕੁ ਉੱਚਾ ਜੀਵਨ ਬਣਾ ਦਿੱਤਾ ਕਿ ਭਾਈ ਤਾਰੂ ਸਿੰਘ ਐਡਾ ਮਹਾਨ ਗੁਰਸਿੱਖ ਉਹ ਆਪਣੀ ਜ਼ਿੰਦਗੀ ਵਿੱਚ ਖੋਪੜੀ ਤਾਂ ਉਤਰਵਾ ਗਿਆ, ਪਰ ਨਾ ਉਹ ਬਾਣੀ ਖੁਰਾਕ ਤੋਂ ਟੁੱਟਿਆ, ਨਾ ਬਾਣੀ ਤੋਂ ਟੁੱਟਿਆ। ਧਿਆਨ ਕਰਿਓ, ਅੱਜ ਅਸੀਂ ਬਾਣੀ
ਤੇ ਬਾਣੀ ਦੀ ਖੁਰਾਕ ਤੇ ਪੋਸ਼ਾਕ ਤੋਂ ਦੂਰ ਹੁੰਦੇ ਜਾ ਰਹੇ ਹਾਂ। ਇਹੋ ਕਾਰਨ ਹੈ ਵੀ ਅੱਜ ਸਾਡੇ ਅੰਦਰ ਉਹ ਭਾਈ ਤਾਰੂ ਸਿੰਘ ਵਰਗੇ, ਉਹ ਭਾਈ ਭੀਮ ਸਿੰਘ ਵਰਗੇ, ਉਹ ਭਾਈ ਸ਼ਾਹਬਾਜ ਸਿੰਘ ਵਰਗੇ 18-18 ਸਾਲ ਦੀਆਂ ਸ਼ਹੀਦੀਆਂ ਉਮਰਾਂ ਵਿੱਚ ਦੇਣ ਵਾਲੇ ਅੱਜ ਉਹ ਪੈਦਾ ਨਹੀਂ ਹੋ ਰਹੇ। ਸਾਧ ਸੰਗਤ ਜੀ, ਸਮਾਂ ਆਪਣੀ ਚਾਲੇ ਚੱਲਿਆ। ਭਾਈ ਤਾਰੂ ਸਿੰਘ ਜਦੋਂ ਜਵਾਨ ਹੋਇਆ, ਇਹਨੇ ਆਪਣੇ ਘਰ ਨੂੰ ਸੰਭਾਲਿਆ। ਹੁਣ ਘਰ ਨੂੰ ਸੰਭਾਲਦਾ, ਇਹ ਖੇਤੀਬਾੜੀ ਕਰਦਾ। ਖੇਤੀਬਾੜੀ ਜਦੋਂ ਕਰਦਾ, ਜੋ ਵੀ ਇਹਦੇ ਘਰ ਵਿੱਚ ਫਸਲ ਹੁੰਦੀ ਹੈ, ਇਹ ਉਸ ਫਸਲ ਵਿੱਚੋਂ, ਉਸ ਧਨ ਵਿੱਚੋਂ ਦਸਵੰਧ ਕੱਢਦਾ। ਔਰ ਉਹ ਦਸਵੰਧ ਕਿਹੜੇ? ਇਤਿਹਾਸ ਕਹਿੰਦਾ, ਇੱਕ ਤਾਂ ਇਹਨੇ ਆਪਣੇ ਘਰ ਲੰਗਰ ਸ਼ੁਰੂ ਕੀਤਾ ਹੋਇਆ। ਕੋਈ ਇਹਦੇ ਘਰ ਆ ਜਾਵੇ, ਕਿਸੇ ਵੇਲੇ ਵੀ ਆ ਜਾਵੇ, ਇਹ ਕਦੇ ਵੀ ਇਹਦੇ ਘਰ ਵਿੱਚੋਂ ਭਾਈ ਤਾਰੂ ਸਿੰਘ ਦੇ ਭੁੱਖਾ ਆਇਆ, ਕਦੇ ਸਾਧ ਸੰਗਤ ਜੀ ਭੁੱਖਾ ਨਹੀਂ ਮੁੜਿਆ। ਉਹ ਇਸ ਘਰ ਵਿੱਚੋਂ ਰੱਜ ਕੇ ਤੁਰਿਆ, ਕਿਉਂਕਿ ਇਹ ਗੁਰੂ ਨਾਨਕ ਦੇ ਉਸ ਸਿਧਾਂਤ ਤੇ ਆਪਣੀ ਜ਼ਿੰਦਗੀ ਨੂੰ ਜੀ ਰਿਹਾ। ਘਾਲ ਖਾਏ ਕਿਛ ਹੱਥੋਂ ਦੇ, ਨਾਨਕ ਰਾ ਪਛਾਣੇ ਸੇ। ਇਹ ਭਾਈ ਤਾਰੂ ਸਿੰਘ ਦੀ ਜ਼ਿੰਦਗੀ ਦਾ ਇੱਕ ਮੁੱਢਲਾ ਸਿਧਾਂਤ ਹੈ ਕਿ ਉਹਨਾਂ ਨੇ ਮਿਹਨਤ ਕੀਤੀ, ਦਸਾਂ ਨੌਹਾਂ ਦੀ ਕਿਰਤ ਕਮਾਈ ਕੀਤੀ, ਆਪਣੀ ਖੇਤੀਬਾੜੀ ਕਰਕੇ ਜੋ ਕੁਝ ਉਹਨਾਂ ਦੇ ਘਰੇ ਆਉਂਦਾ, ਉਹਦੇ ਚੋਂ ਉਹ ਲੰਗਰ ਲਾ ਕੇ ਦਸਵੰਧ ਕੱਢਦੇ। ਤੇ ਉੱਥੋਂ ਫਿਰ ਜਦੋਂ ਉਹਨਾਂ ਨੂੰ ਪਤਾ ਚੱਲਦਾ, ਕਦੇ ਸੁਨੇਹਾ ਮਿਲਦਾ ਵੀ ਸਿੰਘ ਜੰਗਲ ਵਿੱਚ ਆ ਕੇ ਟਿਕੇ ਨੇ, ਭਾਈ ਤਾਰੂ ਸਿੰਘ ਦੀ ਮਾਂ ਆਪ ਚੱਕੀ ਚਲਾ ਕੇ, ਆਪ ਸਾਧ ਸੰਗਤ ਜੀ ਆਟਾ ਪੀਸ ਕਰਕੇ, ਪ੍ਰਸ਼ਾਦੇ ਤਿਆਰ ਕਰਕੇ ਭਾਈ ਤਾਰੂ ਸਿੰਘ ਨੂੰ ਪਕੜਾਉਂਦੀ। ਭਾਈ ਤਾਰੂ ਸਿੰਘ ਉਹ ਭੁੱਖਣ ਭਾਣੇ ਜੰਗਲ ਵਿੱਚ ਬੈਠੇ ਗੁਰਸਿੱਖ ਸਿੰਘਾਂ ਨੂੰ ਜਾ ਕੇ ਉਹ ਪ੍ਰਸ਼ਾਦਾ ਛਕਾਉਂਦੇ ਸਨ। ਸਾਧ ਸੰਗਤ ਜੀ ਉੱਚੇ ਸੁੱਚੇ ਜੀਵਨ ਦਾ ਕਿਰਦਾਰ ਵਾਲਾ ਜੀਵਨ ਜੀ ਰਹੇ ਸੀ। ਇਹੋ ਕਾਰਨ ਸੀ ਜਿੰਨੇ ਉਸ ਇਲਾਕੇ ਦੇ ਹਿੰਦੂ ਹੋਣ ਭਾਵੇਂ ਮੁਸਲਮਾਨ ਹੋਣ, ਭਾਈ ਤਾਰੂ ਸਿੰਘ ਦਾ ਬਹੁਤ ਸਤਿਕਾਰ ਕਰਦੇ ਸੀ। ਪਿਆਰਿਓ, ਬਚਪਨ ਵਿੱਚ ਸਤਿਕਾਰ ਕਰਾਉਣਾ ਬੜਾ ਔਖਾ ਹੈ। ਬੰਦਾ ਦਾੜੀ ਚਿੱਟੀ ਵੇਖ ਕੇ ਸਤਿਕਾਰ ਕਰ ਦਿੰਦਾ, ਪਰ ਕਿਸੇ ਬਚਪਨ ਵਿੱਚ ਸਤਿਕਾਰ ਕਰਾਉਣਾ ਹੋਵੇ ਬੜਾ ਔਖਾ ਹੈ। ਧਿਆਨ ਕਰਿਓ, ਬੜਾ ਔਖਾ ਹੈ 18-19 ਸਾਲ ਦੀ ਉਮਰ ਦੇ ਬੱਚੇ ਦਾ ਸਤਿਕਾਰ ਦੁਨੀਆ ਕਰਦੀ ਹੋਵੇ। ਹਿੰਦੂ, ਮੁਸਲਮਾਨ, ਹੋਰ ਧਰਮਾਂ ਦੇ ਮਨੁੱਖ ਭਾਈ ਤਾਰੂ ਸਿੰਘ ਦਾ ਬਹੁਤ ਸਤਿਕਾਰ ਕਰਦੇ ਨੇ, ਬੜੀ ਇੱਜ਼ਤ ਕਰਦੇ ਨੇ। ਪਰ ਯਾਦ ਰੱਖਿਓ, ਕਈ ਵਾਰ ਚੰਗਿਆਂ ਵਿੱਚ ਮੰਦੇ ਵੀ ਪੈਦਾ ਹੋ ਜਾਂਦੇ ਨੇ। ਪੰਜਾਬ ਦੀ ਧਰਤੀ ਦੇ ਉਹਨਾਂ ਕੁਝ ਬੰਦਿਆਂ ਨੂੰ ਤੁਸੀਂ ਆਪਣੇ ਇਤਿਹਾਸ ਵਿੱਚੋਂ ਕਦੇ ਨਹੀਂ ਭੁੱਲ ਸਕਦੇ। ਉਹ ਇਹੋ ਜਿਹੇ ਬੰਦੇ ਨੇ ਜਿਨ੍ਹਾਂ ਨੇ ਜਦੋਂ ਐਲਾਨ ਕੀਤਾ ਸੀ ਸਰਕਾਰ ਨੇ ਵੀ ਸਿਰਾਂ ਦੇ ਮੁੱਲ ਪੈਣਗੇ, ਤੁਸੀਂ ਕਿਸੇ ਸਿੱਖ ਦਾ ਸਿਰ ਵੱਢ ਕੇ ਲਿਆਓ, ਅਸੀਂ ਤੁਹਾਨੂੰ 20 ਰੁਪਏ ਇਨਾਮ ਦੇਵਾਂਗੇ। ਤੁਸੀਂ ਕਿਸੇ ਸਿੱਖ ਨੂੰ ਪਕੜ ਕੇ ਲਿਆਓ, ਤੁਹਾਨੂੰ 80 ਰੁਪਏ ਇਨਾਮ ਦਿੱਤਾ ਜਾਏਗਾ। ਤੁਸੀਂ ਕਿਸੇ ਸਿੱਖ ਨੂੰ ਪਕੜ ਕੇ ਲਿਆਉਂਦੇ ਹੋ ਤਾਂ ਤੁਹਾਨੂੰ 80 ਰੁਪਏ ਇਨਾਮ। ਇਹੋ ਜਿਹੇ ਇਨਾਮ ਜਦੋਂ ਰੱਖੇ ਗਏ ਤੇ ਸ਼ੀਨੇ ਦਾ ਕਰਮ, ਮੰਡਿਆਲੀ ਦਾ ਮੱਸਾ ਰੰਗੜ, ਜੰਡਿਆਲੇ ਦਾ ਹਰ ਭਗਤ ਨਿਰੰਜਣੀਆਂ, ਤੇ ਧਿਆਨ ਕਰਿਓ ਤਲਵੰਡੀ ਦਾ ਜੀਤਾ ਰੰਧਾਵਾ, ਇਹ ਉਹ ਬੰਦੇ ਨੇ ਜਿਨ੍ਹਾਂ ਨੇ ਪੰਜਾਬ ਦੀ ਧਰਤੀ ਦੇ ਹਰ ਪਿੰਡ ਚੋਂ ਸਿੱਖਾਂ ਨੂੰ ਸਾਧ ਸੰਗਤ ਸ਼ਹੀਦ ਕਰਕੇ
ਗੱਡੇ ਭਰ ਕੇ ਲਾਹੌਰ ਭੇਜੇ ਤੇ ਲਾਹੌਰ ਵਿੱਚ ਨਵ ਸਰਕਾਰ ਤੋਂ ਇਨਾਮ ਪ੍ਰਾਪਤ ਕੀਤੇ ਸੀ, ਬਹੁਤ ਭਾਰੀ ਇਨਾਮ ਪ੍ਰਾਪਤ ਕੀਤੇ ਹੈ। ਹੁਣ ਇਹਨਾਂ ਵਿੱਚੋਂ ਜਦੋਂ ਜ਼ਕਰੀਆ ਖਾਨ ਨੇ 1745 ਵਿੱਚ ਇੱਕ ਮੀਟਿੰਗ ਕੀਤੀ ਲਾਹੌਰ ਦੀ ਧਰਤੀ 'ਤੇ, ਇੱਕ ਮੀਟਿੰਗ ਹੋਈ ਅਤੇ ਮੀਟਿੰਗ ਦੇ ਅੰਦਰ ਜ਼ਕਰੀਆ ਖਾਨ ਨੇ ਬੜੇ ਰੋਹਬ ਦੇ ਨਾਲ ਇਹ ਦਾਅਵਾ ਕੀਤਾ, ਕਹਿਣ ਲੱਗਿਆ ਵੀ ਸੱਜਣੋ ਮੈਂ ਪੂਰੇ ਪੰਜਾਬ 'ਚੋਂ ਸਿੱਖ ਮਿਟਾ ਦਿੱਤੇ ਨੇ ਅਤੇ ਇਹਨਾਂ ਵਿੱਚੋਂ ਚਾਰਾਂ 'ਚੋਂ ਹਰ ਭਗਤ ਨਿਰੰਜਣੀਆਂ ਉੱਠਿਆ। ਉਹ ਕਹਿਣ ਲੱਗੇ ਜ਼ਕਰੀਆ ਖਾਨ ਜੀ ਕੀ ਗੱਲ ਕਰਦੇ ਹੋ, ਤੁਸੀਂ ਕਹਿੰਦੇ ਸਿੱਖ ਮਿਟਾ ਦਿੱਤੇ, ਉਹ ਸਿੱਖ ਤਾਂ ਹੁਣ ਵੀ ਜੀਂਦੇ ਨੇ। ਜ਼ਕਰੀਆ ਖਾਨ ਦੀ ਕਹੀ ਗੱਲ ਨੂੰ ਉਹਨੇ ਮੋੜ ਕੇ ਜਦੋਂ ਕਿਹਾ ਨਾ, ਜ਼ਕਰੀਆ ਖਾਨ ਨੂੰ ਕ੍ਰੋਧ ਆ ਗਿਆ, ਗੁੱਸਾ ਆਇਆ, ਕਹਿਣ ਲੱਗਿਆ ਹਰ ਭਗਤ ਨਿਰੰਜਣੀਏ ਤੂੰ ਇਹ ਗੱਲ ਕਿਵੇਂ ਕਹਿ ਦਿੱਤੀ, ਮੈਂ ਦਾਅਵੇ ਨਾਲ ਕਹਿੰਦਾ ਸਿੱਖ ਕੋਈ ਬਚਿਆ ਨਹੀਂ। ਕਹਿਣ ਲੱਗਿਆ ਜੀ ਤੁਸੀਂ ਕਹਿੰਦੇ ਹੋ, ਪਰ ਮੇਰੇ ਹੀ ਨਗਰ ਦੇ ਨੇੜੇ ਪੂਲੇ ਪਿੰਡ ਅੰਦਰ ਭਾਈ ਤਾਰੂ ਸਿੰਘ ਅੱਜ ਵੀ ਜੀਂਦਾ, ਅੱਜ ਵੀ ਜੀਂਦਾ। ਤੁਹਾਡੇ ਸ਼ਹਿਰ ਵਿੱਚ ਸੁਵੇਗ ਸਿੰਘ ਜੀਂਦਾ, ਕੀ ਇਹ ਸਿੱਖ ਨਹੀਂ ਹੈ? ਜ਼ਕਰੀਆ ਖਾਨ ਨੇ ਹਰ ਭਗਤ ਨਿਰੰਜਣੀਏ ਨੇ ਮੁਖਬਰੀ ਕੀਤੀ ਅਤੇ ਜ਼ਕਰੀਆ ਖਾਨ ਨੇ ਭਾਈ ਤਾਰੂ ਸਿੰਘ ਨੂੰ ਗ੍ਰਿਫਤਾਰ ਕਰਨ ਦਾ ਹੁਕਮ ਸੁਣਾ ਦਿੱਤਾ ਅਤੇ ਇਹ ਹੁਕਮ ਸੁਣਾ ਕੇ ਹਰ ਭਗਤ ਨਿਰੰਜਣੀਏ ਨੂੰ ਭੇਜਿਆ ਆਪਣੇ 20 ਸਿਪਾਹੀ ਦੇ ਕਰਕੇ, ਵੀ ਤੂੰ ਭਾਈ ਤਾਰੂ ਸਿੰਘ, ਉਹਦੀ ਮਾਂ, ਉਹਦੀ ਭੈਣ ਤਿੰਨਾਂ ਨੂੰ ਪਕੜ ਕੇ ਲਾਹੌਰ ਦਰਬਾਰ ਵਿੱਚ ਪੇਸ਼ ਕਰ। ਹਰ ਭਗਤ ਨਿਰੰਜਣੀਆਂ ਸਿਪਾਹੀਆਂ ਦੇ ਨਾਲ ਪੂਲੇ ਪਿੰਡ ਆਉਂਦਾ। ਹੁਣ ਪੂਲੇ ਪਿੰਡ ਦੇ ਵਿੱਚ ਆਇਆ, ਇਹਨੇ ਸਾਧ ਸੰਗਤ ਜੀ ਤਿੰਨਾਂ ਨੂੰ ਗ੍ਰਿਫਤਾਰ ਕਰਨ ਦੀ ਗੱਲ ਨਗਰ ਦੇ ਲੋਕਾਂ ਨੂੰ ਆਖੀ। ਹੁਣ ਉਹ ਪਿੰਡ ਦਾ ਨੰਬਰਦਾਰ ਜਿਹੜਾ ਉਹ ਅੱਗੇ ਹੋਇਆ, ਉੱਥੋਂ ਦੇ ਮੁਖੀ ਅੱਗੇ ਹੋਏ, ਉਹ ਕਹਿਣ ਲੱਗੇ ਵੀ ਸੱਜਣੋ ਇੱਕ ਗੱਲ ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਵੀ ਪੂਰੇ ਪਿੰਡ ਦੀ ਧੀ ਹੈ ਭਾਈ ਤਾਰੂ ਸਿੰਘ ਦੀ ਭੈਣ, ਪੂਰੇ ਪਿੰਡ ਦੀ ਮਾਂ ਹੈ ਭਾਈ ਤਾਰੂ ਸਿੰਘ ਦੀ ਮਾਂ, ਤੇ ਪੂਰੇ ਪਿੰਡ ਦੇ ਵਿੱਚ ਸਤਿਕਾਰ ਹੈ ਭਾਈ ਤਾਰੂ ਸਿੰਘ ਦਾ, ਅਸੀਂ ਪਕੜਨ ਨਹੀਂ ਦੇਣਾ, ਅਸੀਂ ਗ੍ਰਿਫਤਾਰ ਕਰਨ ਨਹੀਂ ਦੇਣਾ। ਗੁਰਸਿੱਖ ਤੇਰਾ ਇਤਿਹਾਸ ਕਿੱਡਾ ਮਹਾਨ ਹੋਏਗਾ, ਤੇਰੇ ਉੱਤੇ ਦੂਜੇ ਵੀ ਮਾਣ ਕਰਦੇ ਸੀ, ਤੇਰੇ ਜੀਵਨ ਵੱਲ ਦੇਖ ਕੇ, ਤੇਰੇ ਕਿਰਦਾਰ ਵੱਲ ਵੇਖ ਕੇ ਦੂਜਿਆਂ ਦਾ ਵੀ ਸਿਰ ਝੁਕਦਾ ਸੀ, ਕਿਉਂਕਿ ਬਾਣੀ ਕਹਿੰਦੀ ਹੈ ਸੱਚੋ ਉਰੇ ਸਭ ਕੋ ਉੱਪਰ ਸੱਚ ਆਚਾਰ, ਤੇਰਾ ਆਚਰਨ ਕਿੱਡਾ ਉੱਚਾ ਹੋਵੇ ਇਹ ਤੇਰੇ ਗੁਰੂ ਦੇ ਇਤਿਹਾਸ ਵਿੱਚੋਂ ਤੈਨੂੰ ਮਿਲੇਗਾ, ਉਹ ਸਿੱਖਾਂ ਦੇ ਇਤਿਹਾਸ ਵਿੱਚੋਂ ਮਿਲੇਗਾ। ਕਹਿੰਦੇ ਭਾਈ ਤਾਰੂ ਸਿੰਘ, ਉਹਦੀ ਮਾਂ, ਉਹਦੀ ਪੁੱਤਰੀ, ਭਾਈ ਤਾਰੂ ਸਿੰਘ ਦੀ ਭੈਣ ਨੂੰ ਨਗਰ ਵਾਸੀ ਅੜ ਗਏ, ਅਸੀਂ ਨਹੀਂ ਜਾਣ ਦੇਣਾ। ਫਿਰ ਫੈਸਲਾ ਕੀਤਾ ਗਿਆ ਭਾਈ ਤਾਰੂ ਸਿੰਘ ਉੱਥੇ ਆਏ, ਜਿਹੜੇ ਖੇਤਾਂ ਵਿੱਚ ਖੇਤੀਬਾੜੀ ਕਰ ਰਹੇ ਸੀ, ਬੁਲਾਵਾ ਦੇ ਕੇ ਬੁਲਾਇਆ ਗਿਆ। ਅਤੇ ਫਿਰ ਨਗਰ ਨੇ ਇੱਕ ਫੈਸਲਾ ਕੀਤਾ ਵੀ ਜੇ ਤੁਸੀਂ ਇੰਨੇ ਹੀ ਅੜਦੇ ਹੋ, ਕਿਉਂਕਿ ਸਰਕਾਰ ਸਾਹਮਣੇ ਅੜਿਆ ਨਹੀਂ ਜਾ ਸਕਦਾ, ਜੇ ਇੰਨਾ ਅੜਦੇ ਹੋ ਭਾਈ ਤਾਰੂ ਸਿੰਘ ਨੂੰ ਅਸੀਂ ਭੇਜ ਸਕਦੇ ਹਾਂ, ਪਰ ਪਿੰਡ ਦੀ ਇੱਜ਼ਤ ਧੀ ਨੂੰ ਅਸੀਂ ਤੁਹਾਡੇ ਨਾਲ ਨਹੀਂ ਭੇਜ ਸਕਦੇ, ਕਿਉਂਕਿ ਪਤਾ ਸੀ ਉਹਨਾਂ ਨੂੰ ਵੀ ਇਹੋ ਜਿਹੇ ਜਨਮ ਨੇ, ਇਹ ਧੀਆਂ ਭੈਣਾਂ ਦੀਆਂ ਇੱਜ਼ਤਾਂ ਨੂੰ ਖੇਰੂ ਕਰਨ ਵਾਲੇ ਨੇ। ਇਸ ਲਈ ਉਹਨਾਂ ਨਗਰ ਦੇ ਪਿੰਡ ਵਾਲਿਆਂ ਨੇ ਧੀ ਅਤੇ ਮਾਂ ਨੂੰ ਨਹੀਂ ਜਾਣ ਦਿੱਤਾ, ਭਾਈ ਤਾਰੂ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ।
ਹੁਣ ਭਾਈ ਤਾਰੂ ਸਿੰਘ ਨੂੰ ਜਦੋਂ ਹੱਥ ਕੜੀਆਂ ਬੇੜੀਆਂ ਲਾ ਕੇ ਤੋਰਨ ਲੱਗੇ, ਮਾਂ ਅੱਗੇ ਹੋਈ, ਜਿਹੜੀ ਮਾਂ ਨੇ ਖੁਰਾਕ ਤੇ ਪੋਸ਼ਾਕ ਬਾਣੀ ਤੇ ਬਾਣੀ ਦੀ ਦਿੱਤੀ ਸੀ ਨਾ, ਉਹ ਮਾਂ ਦੀ ਅੱਖ ਵਿੱਚੋਂ ਇੱਕ ਵੀ ਅੱਥਰੂ ਨਹੀਂ ਹੈ। ਧਿਆਨ ਕਰਿਓ, ਉਹਨੇ ਮੋਢੇ ਤੇ ਹੱਥ ਫੇਰ ਕੇ ਭਾਈ ਤਾਰੂ ਸਿੰਘ ਨੂੰ ਅਸੀਸ ਦਿੰਦਿਆਂ ਕਿਹਾ, ਪੁੱਤਰ ਜੀ, ਮੇਰੇ ਮਨ ਵਿੱਚ ਬੜੀ ਰੀਝ ਸੀ, ਤੇਰੇ ਪਿਤਾ ਜੀ ਬਚਪਨ 'ਚ ਚੜ੍ਹਾਈ ਕਰ ਗਏ, ਮਾਂ ਨੂੰ ਇੱਕ ਆਸ ਸੀ ਵੀ ਮੇਰਾ ਪੁੱਤ ਜਵਾਨ ਹੋਇਆ, ਮੇਰਾ ਪੁੱਤ ਘਰ ਨੂੰ ਸੰਭਾਲੇਗਾ, ਪਰ ਮੈਨੂੰ ਇਹ ਨਹੀਂ ਸੀ ਪਤਾ ਤੂੰ ਘਰ ਵੀ ਸੰਭਾਲ ਲੈ, ਘਰ ਸੰਭਾਲਣ ਤੋਂ ਪਹਿਲਾਂ ਤਾਂ ਸਿੱਖੀ ਨੂੰ ਸੰਭਾਲਣ ਜਾਣਾ ਹੈ। ਅੱਜ ਪੁੱਤਰ ਤੂੰ ਸਿੱਖੀ ਸੰਭਾਲਣ ਚੱਲੇ ਹੈ, ਤੂੰ ਸਿੱਖੀ ਸੰਭਾਲਣੀ ਹੈ, ਤੂੰ ਸਿਦਕ ਵਿੱਚ ਪੱਕਾ ਰਹਿਣਾ ਹੈ, ਭਾਵੇਂ ਤੇਰਾ ਜ਼ਿੰਦਗੀ ਸ਼ਹੀਦ ਹੋ ਜਾਵੇ, ਪਰ ਇੱਕ ਗੱਲ ਚੇਤੇ ਰੱਖੀ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਣੀ ਚਾਹੀਦੀ ਹੈ। ਇਹ ਮਾਂ ਕਹਿ ਰਹੀ ਹੈ, ਕਿੱਡੀ ਉੱਚੀ ਰੁਤਬੇ ਦੀ ਮਾਲਕ ਹੋਵੇਗੀ ਉਹ ਮਾਂ। ਧੀ ਆਈ ਅੱਗੇ, ਭੈਣ ਆਈ ਭਾਈ ਤਾਰੂ ਸਿੰਘ ਦੀ। ਭਾਈ ਤਾਰੂ ਸਿੰਘ ਦੀ ਭੈਣ ਨੇ ਆਖਿਆ, ਭਰਾ ਜੀ, ਮੈਂ ਵੀ ਮਨ ਵਿੱਚ ਆਸ ਲਾਈ ਸੀ ਕਿ ਮੇਰਾ ਭਰਾ ਹੈ, ਪਿਤਾ ਨੇ ਤਾਂ ਕਦੇ ਮੇਰੀ ਡੋਲੀ ਤੋੜਨੀ ਸੀ, ਪਰ ਉਹ ਬਚਪਨ 'ਚ ਚਲਾ ਗਿਆ, ਮੈਂ ਆਪਣਾ ਪਿਤਾ ਦਾ ਪਿਆਰ ਵੀ ਭਰਾ 'ਚੋਂ ਲੱਭਿਆ, ਪਰ ਇਹ ਨਹੀਂ ਸੀ ਪਤਾ ਵੀ ਇਹ ਹਾਲਾਤ ਬਣਨਗੇ ਰੱਬੀ ਹੁਕਮ ਦੇ ਅੰਦਰ। ਮੇਰੀ ਡੋਲੀ ਤੋੜਨ ਤੋਂ ਪਹਿਲਾਂ ਮੇਰੀ ਆਪਣੀ ਤੇਰੀ ਭੈਣ ਨੂੰ ਤੈਨੂੰ ਤੋੜਨਾ ਪੈਣਾ, ਪਰ ਵੀਰਿਆ ਤੂੰ ਫਿਕਰ ਨਾ ਕਰੀਂ, ਤੇਰੀ ਭੈਣ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਭੈਣ ਹੈ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਧੀ ਹੈ, ਮਾਫ਼ ਕਰਨਾ, ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਧੀ ਅੱਜ ਆਪਣੇ ਭਰਾ ਨੂੰ ਤੋਰ ਰਹੀ ਹੈ, ਤੂੰ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ, ਮੇਰਾ ਸਿਰ ਉੱਚਾ ਹੋ ਜਾਏਗਾ। ਭਾਈ ਤਾਰੂ ਸਿੰਘ ਦੀ ਭੈਣ ਹੈ, ਮਾਂ ਕਹਿਣ ਲੱਗੀ ਮੇਰਾ ਸਿਰ ਉੱਚਾ ਹੋ ਜਾਏਗਾ, ਦੁਨੀਆ ਮਾਣ ਨਾਲ ਕਹੇਗੀ ਭਾਈ ਤਾਰੂ ਸਿੰਘ ਦੀ ਮਾਂ ਹੈ। ਦੋਨਾਂ ਮਾਂ ਤੇ ਧੀ ਨੇ ਆਪਣੇ ਲਾਡਲੇ ਭਾਈ ਤਾਰੂ ਸਿੰਘ ਨੂੰ ਤੋਰਿਆ। ਭਾਈ ਤਾਰੂ ਸਿੰਘ ਲਾਹੌਰ ਪਹੁੰਚਿਆ, ਹੱਥ ਕੜੀਆਂ ਬੇੜੀਆਂ ਵਿੱਚ ਜ਼ਕਰੀਆ ਖਾਂ ਦੇ ਸਾਹਮਣੇ ਪੇਸ਼ ਕੀਤਾ ਗਿਆ। ਭਾਈ ਤਾਰੂ ਸਿੰਘ ਨੇ ਪੁੱਛਿਆ ਸੀ, ਜ਼ਕਰੀਆ ਖਾਨ, ਮੇਰਾ ਦੋਸ਼ ਕੀ ਹੈ? ਮੈਂ ਖੇਤੀਬਾੜੀ ਕਰਦਾ, ਪੂਰਾ ਮਾਲੀਆ ਦਿੰਦਾ, ਪੂਰਾ ਟੈਕਸ ਦਿੰਦਾ, ਮੇਰਾ ਦੋਸ਼ ਕੀ ਹੈ? ਤੇ ਜ਼ਕਰੀਆ ਖਾਨ ਨੇ ਆਖਿਆ ਸੀ, ਤੇਰਾ ਦੋਸ਼ ਸਿਰਫ ਇੰਨੇ ਵੀ ਤੂੰ ਸਿੱਖ ਹੈ। ਧਿਆਨ ਕਰਿਓ, ਅੱਜ ਤੱਕ ਵੀ ਸਾਡੇ ਤੇ ਦੋਸ਼ ਸਿਰਫ ਇਹੀ ਹੈ, ਭਾਵੇਂ ਆਪਾਂ ਜਿੰਨੇ ਮਰਜ਼ੀ ਰੁਤਬੇ ਦੇ ਮਾਲਕ ਹੈ। ਤੁਸੀਂ ਅੱਜ ਵੀ ਵੇਖੋ, ਹਿੰਦੁਸਤਾਨ ਦੀ ਧਰਤੀ ਤੇ ਅੱਜ ਵੀ ਇਹੀ ਸਭ ਤੋਂ ਵੱਡਾ ਦੋਸ਼ ਹੈ ਵੀ ਤੂੰ ਸਿੱਖ ਹੈ। ਧਿਆਨ ਕਰਿਓ, ਭਾਵੇਂ ਉਹ 84 ਹੋਵੇ, ਭਾਵੇਂ ਝੂਠੇ ਮੁਕਾਬਲੇ ਹੋਣ, ਸਾਰੀਆਂ ਥਾਵਾਂ ਤੇ ਦੋਸ਼ ਇਹੀ ਸੀ ਨਾ ਵੀ ਤੂੰ ਸਿੱਖ ਹੈ। ਧਿਆਨ ਕਰਿਓ, ਤੂੰ ਸਿੱਖ ਹੈ, ਤੂੰ ਸਿੱਖੀ ਛੱਡ ਦੇ, ਤੈਨੂੰ ਬਾ ਇੱਜ਼ਤ ਬਲੀ ਕਰ ਦਿੱਤਾ ਜਾਵੇਗਾ, ਤੈਨੂੰ ਛੱਡ ਦਿੱਤਾ ਜਾਵੇਗਾ, ਤੈਨੂੰ ਜਗੀਰ ਦਿੱਤੀ ਜਾਏਗੀ। ਜ਼ਕਰੀਆ ਖਾਨ, ਮੈਂ ਬਚਪਨ ਤੋਂ ਸਿੱਖੀ ਲਈ ਹੈ, ਮੇਰਾ ਪਿਤਾ ਵੀ ਗੁਰੂ ਦਾ ਪਿਆਰਾ ਸੀ, ਮੇਰੀ ਮਾਂ ਨੇ ਵੀ ਗੁਰਮਤ ਦੀ ਗੁੜਤੀ ਦਿੱਤੀ ਹੈ, ਮੇਰੀ ਭੈਣ ਵੀ ਗੁਰਮਤ ਦੀ ਗੁੜਤੀ ਨਾਲ ਵੱਡੀ ਹੋਈ ਹੈ,
ਮੈਂ ਵੀ ਗੁਰਮਤੀ ਗੁੜਤੀ ਲੈ ਕੇ ਵੱਡਾ ਹੋਇਆ, ਮੈਨੂੰ ਸਿੱਖੀ ਆਪਣੀ ਜਾਨ ਤੋਂ ਵੀ ਵੱਧ ਪਿਆਰੀ ਹੈ। ਮੈਂ ਤਾਂ ਅਰਦਾਸ ਕਰਦਾ ਜ਼ਕਰੀਆ ਖਾਨ, ਮੇਰੀ ਸਿੱਖੀ ਕੇਸਾਂ ਸਵਾਸਾਂ ਨਾਲ ਨਿਭ ਜਾਵੇ। ਜਦੋਂ ਆਹ ਗੱਲ ਕਹੀ ਨਾ, ਜ਼ਕਰੀਆ ਖਾਨ ਨੂੰ ਵੀ ਕ੍ਰੋਧ ਆਇਆ ਸੀ, ਕਿਉਂਕਿ ਅੱਜ ਤੱਕ ਉਹਦੀ ਕਚਹਿਰੀ 'ਚ ਕੋਈ ਇਹੋ ਜਿਹਾ ਸਿੱਖ ਨਹੀਂ ਸੀ ਆਇਆ ਜਿਹਨੇ ਇਹ ਗੱਲ ਨਾ ਕਹੀ ਹੋਵੇ, ਮੇਰੀ ਸਿੱਖੀ ਕੇਸਾਂ ਸਵਾਸਾਂ ਨਾਲ ਨਿਭ ਜਾਵੇ। ਇਹ ਭਾਈ ਤਾਰੂ ਸਿੰਘ ਆਇਆ, ਪਰ ਇਹ ਅੰਦਰੋਂ ਵੀ ਜੁੜਿਆ ਸੀ, ਇਹ ਅੰਦਰੋਂ ਵੀ ਸਿੱਖੀ ਨਾਲ ਪਿਆਰ, ਬਾਣੀ ਨਾਲ ਪਿਆਰ, ਅੰਦਰੋਂ ਜੁੜ ਕੇ ਆਪਣੀ ਜ਼ਿੰਦਗੀ ਨੂੰ ਜੀਣ ਵਾਲਾ ਭਾਈ ਤਾਰੂ ਸਿੰਘ। ਅਤੇ ਜ਼ਕਰੀਆ ਖਾਨ ਨੇ ਇਹ ਕ੍ਰੋਧ ਵਿੱਚ ਆ ਕੇ ਕਿਹਾ ਸੀ, ਕਹਿੰਦਾ ਮੈਂ ਵੇਖਦਾ ਤੇਰੀ ਸਿੱਖੀ ਕੇਸਾਂ ਸਵਾਸਾਂ ਨਾਲ ਕਿਵੇਂ ਨਿਭਦੀ ਹੈ। ਆ ਕੇਸਾਂ ਦਾ ਤੂੰ ਬੜਾ ਮਾਣ ਕਰਦਾ ਹੈ, ਮੈਂ ਇਹਨਾਂ ਕੇਸਾਂ ਨੂੰ ਹੀ ਕਤਲ ਕਰਾ ਦਿਆਂਗਾ, ਦੇਖਦਾ ਤੇਰੀ ਸਿੱਖੀ ਕਿਵੇਂ ਨਿਭਦੀ। ਧਿਆਨ ਕਰਿਓ, ਸਿੱਖ ਦਾ ਆਪਣੇ ਕੇਸਾਂ ਨਾਲ ਬਹੁਤ ਪਿਆਰ ਹੈ। ਅੱਜ ਭਾਵੇਂ ਇਹਨਾਂ ਕੇਸਾਂ ਦਾ ਆਪਾਂ ਨਿਰਾਦਰ ਕਰਦੇ ਜਾ ਰਹੇ ਹਾਂ, ਜਦੋਂ ਕਿਤੇ ਇੱਥੇ ਵੀ ਕਿਤੇ ਵਿਆਹ ਤੱਕ ਕਿਤੇ ਸਾਧ ਸੰਗਤ ਜੀ ਸਮਾਗਮ ਹੋਵੇ ਨਾ, ਤੇ ਦੇਖ ਕੇ ਬੜੀ ਨਮੋਸ਼ੀ ਹੁੰਦੀ ਹੈ। ਜੇ 100 ਬੰਦਾ ਬੈਠਾ ਹੈ, 100-100 80 ਦੇ 70 ਦੇ ਸਿਰਾਂ ਤੇ ਕੇਸ ਨਹੀਂ ਹੈ। ਅੱਜ ਤੁਸੀਂ ਭਾਈ ਤਾਰੂ ਸਿੰਘ ਦਾ ਸ਼ਹੀਦੀ ਦਿਹਾੜਾ ਮਨਾ ਰਹੇ ਹੋ, ਖੋਪੜੀ ਉਤਰਵਾਈ ਹੈ, ਕੇਸ ਕਤਲ ਨਹੀਂ ਕਰਾਏ, ਖੋਪੜੀ ਉਤਰਵਾਈ ਹੈ। ਇਤਿਹਾਸ ਪੜ੍ਹ ਕੇ ਵੇਖੋ ਕਦੇ ਕੇਸਾਂ ਦਾ। ਚਮਕੌਰ ਦੀ ਗਲੀ ਚੋਂ ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨਿਕਲਣ ਲੱਗੇ, ਉਹਨਾਂ ਨੇ ਪੈਰਾਂ ਦਾ ਜੋੜਾ ਉਤਾਰਿਆ। ਭਾਈ ਦਇਆ ਸਿੰਘ ਨੇ ਪੁੱਛਿਆ ਸੀ, ਸੱਚੇ ਪਾਤਸ਼ਾਹ ਬਾਹਰ ਜੰਗ ਦਾ ਮੈਦਾਨ ਹੈ, ਜੰਗਲੀ ਰਾਹ ਹੈ, ਇੰਨਾ ਵੀ ਨਹੀਂ ਪਤਾ ਵੀ ਸਫ਼ਰ ਕਿੰਨਾ ਕੁ ਹੈ, ਤੁਸੀਂ ਜੋੜਾ ਕਿਉਂ ਉਤਾਰਿਆ, ਜੋੜਾ ਪਹਿਨ ਲਵੋ। ਭਾਈ ਦਇਆ ਸਿੰਘ, ਬਾਹਰ ਜੰਗ ਦੇ ਮੈਦਾਨ ਵਿੱਚ ਮੇਰੇ ਸਿੰਘਾਂ ਦੀਆਂ ਲਾਸ਼ਾਂ ਪਈਆਂ, ਉਹ ਸ਼ਹੀਦੀਆਂ ਦੇ ਗਏ ਸਿੱਖੀ ਲਈ, ਮੈਂ ਇੰਨਾ ਵੀ ਨਹੀਂ ਕਰ ਸਕਦਾ, ਉਹਨਾਂ ਦੇ ਸਿਰਾਂ ਤੇ ਕੇਸ ਨੇ ਜਿਨ੍ਹਾਂ ਨੂੰ ਮੈਂ ਮੋਹਰ ਬਣਾਇਆ, ਕਿਤੇ ਉਹਨਾਂ ਤੇ ਮੇਰਾ ਜੋੜਾ ਨਾ ਰੱਖੋ ਜਾਵੇ, ਮੈਂ ਕੇਸਾਂ ਦਾ ਨਿਰਾਦਰ ਨਾ ਕਰਦਿਆਂ ਇਸ ਲਈ ਜੋੜਾ ਉਤਾਰ ਕੇ ਚੱਲਿਆ। ਗੁਰਸਿੱਖਾ, ਜਿਹੜਾ ਗੁਰੂ ਚਮਕੌਰ ਦੀ ਗਲੀ ਚੋਂ ਕੇਸਾਂ ਦੇ ਸਤਿਕਾਰ ਵਜੋਂ ਜੋੜਾ ਉਤਾਰ ਕੇ ਚੱਲਿਆ ਹੋਵੇ, ਅੱਜ ਵੀ ਤੁਸੀਂ ਸ਼ਹੀਦੀ ਜੋੜ ਮੇਲੇ ਤੇ ਜਾਇਓ। ਅੱਜ ਵੀ 22 ਦਸੰਬਰ ਵਾਲੇ ਦਿਨ, ਜਿਸ ਦਿਨ ਆਖਰੀ ਦਿਨ ਹੁੰਦਾ ਹੈ, ਅੱਧੀ ਰਾਤ ਨੂੰ ਅੱਜ ਵੀ ਨਗਰ ਕੀਰਤਨ ਨਿਕਲਦਾ, ਦਾਸ ਉਸੇ ਇਲਾਕੇ ਚੋਂ ਆਇਆ, ਅੱਜ ਵੀ ਉਹ ਨਗਰ ਕੀਰਤਨ ਨਿਕਲਦਾ, ਅੱਧੀ ਰਾਤ ਨੂੰ ਜਿੰਨੀ ਸੰਗਤ ਜਾਂਦੀ ਉਸ ਨਗਰ ਕੀਰਤਨ ਵਿੱਚ ਝਾੜ ਸਾਹਿਬ ਤੱਕ, ਉਹ ਨੰਗੇ ਪੈਰ ਜਾਂਦੀ ਹੈ, ਪੋਹ ਦੇ ਮਹੀਨੇ 'ਚ ਨੰਗੇ ਪੈਰ ਜਾਂਦੀ ਹੈ। ਇੱਕ ਭਾਵਨਾ ਹੈ ਵੀ ਜਿੱਦਣ ਕਲਗੀਧਰ ਚਮਕੌਰ ਦੀ ਗਲੀ 'ਚੋਂ ਨਿਕਲਿਆ, ਉੱਦਣ ਜੋੜਾ ਉਤਾਰ ਕੇ ਨਿਕਲਿਆ। ਗੁਰਸਿੱਖਾਂ, ਤੇਰੇ ਕੇਸਾਂ ਦੇ ਸਤਿਕਾਰ ਲਈ ਗੁਰੂ ਨੇ ਤੈਨੂੰ ਮੋਹਰ ਦਿੱਤੀ ਸੀ, ਕੋਰੇ ਕਾਗਜ਼ ਤੇ ਮੋਹਰ ਨਾ ਲੱਗੀ ਹੋਵੇ, ਕੋਰਾ ਕਾਗਜ਼ ਮੁੱਲ ਨਹੀਂ ਪਾਉਂਦਾ, ਪਰ ਜੇ ਮੋਹਰ ਲੱਗ ਜਾਵੇ ਤੇ ਛੋਟਾ ਜਿਹਾ ਕਾਗਜ਼ ਵੀ ਮੁੱਲ ਪਵਾ ਜਾਂਦਾ। ਸੱਜਣਾ, ਤੈਨੂੰ ਗੁਰੂ ਨੇ ਮੋਹਰ ਦਿੱਤੀ ਹੈ, ਤੂੰ ਲੱਖਾਂ 'ਚ ਵੀ ਖੜਾ ਹੋਵੇ, ਤੇਰੀ ਪਹਿਚਾਣ ਵੱਖਰੀ ਸੀ, ਤੇਰੀ ਚਾਲ ਵੱਖਰੀ ਸੀ, ਤੇਰਾ ਪਹਿਰਾਵਾ ਵੱਖਰਾ ਸੀ, ਤੂੰ ਕੰਘਾ ਪੁਰਾਣਾ ਹੋ ਜਾਵੇ ਬਦਲ ਸਕਦਾ, ਕੜਾ ਪੁਰਾਣਾ ਹੋ ਜਾਵੇ ਬਦਲ ਸਕਦਾ, ਕਛਹਿਰਾ ਪੁਰਾਣਾ ਹੋਵੇ ਬਦਲ ਸਕਦਾ, ਕਿਰਪਾਨ ਪੁਰਾਣੀ ਹੋਵੇ ਬਦਲ ਸਕਦੀ ਹੈ, ਪਰ 5 ਕਕਾਰਾਂ 'ਚੋਂ 1 ਕਕਾਰ ਇਹੋ ਜਿਹਾ ਜਿਹੜਾ ਦੁਆਰੇ ਨਹੀਂ ਬਦਲਿਆ ਜਾਂਦਾ, ਉਹ ਕੇਸ ਗੁਰੂ ਦੀ ਮੋਹਰ ਹੈ।
ਉਹ ਕੇਸ ਗੁਰੂ ਦੀ ਮੋਹਰ ਹੈ। ਹੁਣ ਮੋਹਰ ਨੂੰ ਕਿਵੇਂ ਬਦਲੋਗੇ ਸੱਜਣੋ? ਮੋਹਰ ਇੱਕ ਸਾਡੀ ਪਹਿਚਾਣ ਸੀ, ਅੱਜ ਸਮਾਪਤ ਕਰਿਓ। ਅੱਜ ਜਦੋਂ ਤੁਸੀਂ ਮੋਹਰ ਨੂੰ ਤਜਾਂਦਰੀ ਦੇ ਦਿੰਦੇ ਹੋ, ਮੋਹਰ ਨੂੰ ਛੱਡ ਦਿੰਦੇ ਹੋ, ਤੁਹਾਡੀ ਪਹਿਚਾਣ ਹੀ ਖਤਮ ਹੋ ਜਾਂਦੀ ਹੈ। ਭਾਈ ਤਾਰੂ ਸਿੰਘ ਦੀ ਸ਼ਹੀਦੀ ਅੱਜ ਸਾਨੂੰ ਉਹ ਮੋਹਰ ਨਾਲ ਜੋੜ ਰਹੀ ਹੈ। ਪੂਰੇ ਲਾਹੌਰ ਵਿੱਚੋਂ ਇਤਿਹਾਸ ਕਹਿੰਦਾ ਕੋਈ ਵੀ ਨਾਈ ਸਿੱਖ ਦੇ ਕੇਸ ਕਤਲ ਕਰਨ ਲਈ ਨਾ ਮੰਨਿਆ, ਕੱਟਣ ਲਈ ਨਾ ਮੰਨਿਆ। ਪਤਾ ਸੀ, ਭੈ ਆਉਂਦਾ ਸੀ ਵੀ ਇਹ ਸਿੱਖ ਸਿੱਖ ਦੀ ਜਾਨ ਤੋਂ ਵੀ ਵੱਧ ਪਿਆਰੇ ਨੇ ਕੇਸ। ਧਿਆਨ ਕਰਿਓ, ਜਦੋਂ ਮਹਾਰਾਣੀ ਜਿੰਦ ਕੌਰ ਨੂੰ ਨਾ ਮਹਾਰਾਜਾ ਦਲੀਪ ਸਿੰਘ ਮਿਲਿਆ ਕਲਕੱਤੇ ਦੀ ਧਰਤੀ 'ਤੇ, ਉਹ ਅੰਨੀ ਹੋ ਚੁੱਕੀ ਸੀ। ਪਰ ਧਿਆਨ ਕਰਿਓ, ਉਹ ਅੰਨੀ ਹੋ ਚੁੱਕੀ ਜਦੋਂ ਉਹਨੇ ਸਿਰ 'ਤੇ ਹੱਥ ਫੇਰਿਆ ਨਾ, ਉਹਨੇ ਕਿਹਾ ਮਹਾਰਾਜਾ ਦਲੀਪ ਸਿੰਘ ਇਹ ਮੇਰਾ ਪੁੱਤ ਨਹੀਂ ਹੈ, ਮਾਂ ਮੈਂ ਤਾਂ ਤੇਰਾ ਪੁੱਤ ਹਾਂ। ਕਹਿੰਦੇ ਮੈਂ ਉਨਾ ਦੁਖੀ ਨਹੀਂ ਹੋਈ ਜਦੋਂ ਮਹਾਰਾਜਾ ਰਣਜੀਤ ਸਿੰਘ ਮੇਰਾ ਪਤੀ ਚੜ੍ਹਾਈ ਕਰ ਗਿਆ, ਮੈਂ ਉਦੋਂ ਦੁਖੀ ਨਹੀਂ ਹੋਈ ਜਦੋਂ ਮੇਰਾ ਰਾਜ ਭਾਗ ਚਲਾ ਗਿਆ, ਮੇਰੇ ਪੁੱਤ ਸ਼ਹੀਦ ਹੋ ਗਏ, ਪੁੱਤ ਚੜ੍ਹਾਈ ਕਰ ਗਏ, ਮੈਂ ਉਦੋਂ ਵੀ ਦੁਖੀ ਨਹੀਂ ਹੋਈ ਜਿੰਨੀ ਦੁਖੀ ਅੱਜ ਤੇਰੇ ਸਿਰ 'ਤੇ ਮੈਂ ਹੱਥ ਫੇਰ ਕੇ ਹੋਈ ਹਾਂ। ਤੂੰ ਸਿੱਖੀ ਤਜਾਂਦਰੀ ਦੇ ਗਿਆ, ਤੂੰ ਸਿੱਖੀ ਨੂੰ ਛੱਡ ਗਿਆ। ਗੁਰਸਿੱਖੋ, ਅੱਜ ਇਹ ਕੇਸਾਂ ਦਾ ਸਤਿਕਾਰ ਆਪਾਂ ਕਰੀਏ। ਜਦੋਂ ਕੋਈ ਨਾ ਮੰਨਿਆ, ਅਖੀਰ ਨੂੰ ਮੋਚੀ ਬੁਲਾਇਆ ਗਿਆ। ਮੋਚੀ ਬੁਲਾ ਕੇ ਜ਼ਕਰੀਆ ਖਾਨ ਨੇ ਹੁਕਮ ਕੀਤਾ ਵੀ ਜੇ ਕੇਸ ਕਤਲ ਨਹੀਂ ਕਰਨੇ, ਇਹਦੀ ਖੋਪੜੀ ਉਤਾਰ ਦਿਓ ਕੇਸਾਂ ਸਮੇਤ। ਭਾਈ ਤਾਰੂ ਸਿੰਘ ਬੈਠਾ, ਜ਼ਕਰੀਆ ਖਾਨ ਕਹਿੰਦਾ ਵੀ ਮੈਂ ਵੇਖਣਾ ਚਾਹੁੰਦਾ ਵੀ ਇਹ ਕਿਵੇਂ ਆਪਣੀ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਉਂਦਾ ਹੈ। ਭਾਈ ਤਾਰੂ ਸਿੰਘ ਦੀ ਰਸਨਾ ਤੋਂ ਜਿਹੜੇ ਬਚਨ ਨਿਕਲੇ ਸੀ ਉਹ ਇਹ ਸੀ, ਜ਼ਕਰੀਆ ਖਾਨ ਇਹ ਤਾਂ ਗੁਰੂ ਹੀ ਦੱਸੇਗਾ। ਗੁਰੂ ਦਾ ਸਿੱਖ ਗੁਰੂ ਅੱਗੇ ਇਹ ਪ੍ਰਣ ਕਰਕੇ ਤੁਰਿਆ ਮੇਰੀ ਸਿੱਖੀ ਕੇਸਾਂ ਸਵਾਸਾਂ ਨਾਲ ਨਿਭ ਜਾਵੇ ਤੇ ਖਾਲਸਾ ਤੈਨੂੰ ਆਪਣੀ ਜੁੱਤੀ ਦੀ ਨੋਕ ਦੇ ਅੱਗੇ ਲਿਜਾਏਗਾ। ਇਹ ਇੱਕ ਭਾਈ ਤਾਰੂ ਸਿੰਘ ਦੇ ਬਚਨ ਸੀ। ਭਾਈ ਤਾਰੂ ਸਿੰਘ ਦੀ ਖੋਪੜੀ ਉਤਾਰ ਦਿੱਤੀ ਗਈ ਤੇ ਭਾਈ ਤਾਰੂ ਸਿੰਘ ਦੀ ਖੋਪੜੀ ਉਤਰੀ ਤੇ ਸਾਧ ਸੰਗਤ ਜੀ, ਭਾਈ ਤਾਰੂ ਸਿੰਘ ਇਤਿਹਾਸ ਕਹਿੰਦਾ ਇਹ ਸੰਸਾਰ ਦੇ ਅੰਦਰ ਖੋਪੜੀ ਉਤਰਨ ਤੋਂ ਬਾਅਦ ਵੀ ਪ੍ਰਿੰਸੀਪਲ ਸਤਵੀਰ ਸਿੰਘ ਨੇ 22 ਦਿਨ ਲਿਖਿਆ ਤੇ ਪ੍ਰਿੰਸ ਗੰਡਾ ਸਿੰਘ ਜੀ ਨੇ 6 ਦਿਨ ਲਿਖਿਆ। ਆਪਾਂ ਦਿਨਾਂ ਵਿੱਚ ਨਾ ਜਾਈਏ। ਕਹਿੰਦੇ 22 ਦਿਨ ਭਾਈ ਤਾਰੂ ਸਿੰਘ ਦੀ ਬਗੈਰ ਖੋਪੜੀ ਤੋਂ ਇਹ ਸੰਸਾਰ ਵਿੱਚ ਰਹੇ ਰੱਬੀ ਇਬਾਦਤ ਵਿੱਚ। ਇੱਧਰ ਭਾਈ ਤਾਰੂ ਸਿੰਘ ਦੀ ਖੋਪੜੀ ਉਤਰਦੀ ਹੈ, ਇੱਧਰ ਜ਼ਕਰੀਆ ਖਾਨ ਨੂੰ ਪਿਸ਼ਾਬ ਦਾ ਬੰਨ ਪੈ ਜਾਂਦਾ ਹੈ। ਬਹੁਤ ਇਲਾਜ ਕਰਾਇਆ, ਜਦੋਂ ਗੱਲ ਨਾ ਬਣੀ ਤੇ ਮਿਲ ਵਰਤਣੀਏ ਸਿੱਖ ਸੀ ਭਾਈ ਸਵੇਗ ਸਿੰਘ, ਇਹਨਾਂ ਦੀ ਵੀ ਸ਼ਹੀਦੀ ਹੋਣੀ ਭਾਈ ਤਾਰੂ ਸਿੰਘ ਤੋਂ ਬਾਅਦ, ਚੜਖੜੀਆਂ ਤੇ ਚੜ੍ਹ ਕੇ ਸ਼ਹੀਦ ਹੋਣੇ ਇਹਨਾਂ ਨੇ। ਇਹ ਸਵੇਗ ਸਿੰਘ ਆਏ ਜ਼ਕਰੀਆ ਖਾਨ ਕੋਲ, ਸਰਕਾਰੀ ਠੇਕੇਦਾਰ ਸੀ। ਕਹਿਣ ਲੱਗੇ ਜ਼ਕਰੀਆ ਖਾਨ ਗੱਲ ਹੈ ਔਖੀ ਹੈ, ਸ਼ਾਇਦ ਤੂੰ ਗੱਲ ਸੁਣ ਕੇ ਮੈਨੂੰ ਸਜ਼ਾ ਦਾ ਐਲਾਨ ਕਰ ਦੇ, ਪਰ ਤੇਰੇ ਇਲਾਜ ਤੇਰੀ ਬਿਮਾਰੀ ਦਾ ਮੇਰੇ ਕੋਲ ਹੈ। ਤੂੰ ਯਾਦ ਕਰ
ਜਿੱਦਣ ਭਾਈ ਤਾਰੂ ਸਿੰਘ ਦੀ ਖੋਪੜੀ ਉਤਾਰੀ ਗਈ ਸੀ, ਉਸ ਦਿਨ ਭਾਈ ਤਾਰੂ ਸਿੰਘ ਨੇ ਕਿਹਾ ਸੀ, ਖਾਲਸਾ ਜ਼ਕਰੀਆ ਖਾਨ ਤੈਨੂੰ ਜੁੱਤੀ ਦੀ ਨੋਕ ਦੇ ਅੱਗੇ ਲਿਜਾ ਲਾ ਕੇ ਲੈ ਕੇ ਜਾਵੇਗਾ। ਤੇ ਮੈਂ ਤੈਨੂੰ ਦੱਸਣਾ ਚਾਹੁੰਦਾ ਵੀ ਭਾਈ ਤਾਰੂ ਸਿੰਘ ਦਾ ਕਥਨ ਸੱਚ ਹੋਵੇਗਾ, ਤੂੰ ਇੱਕ ਕੰਮ ਕਰ, ਭਾਈ ਤਾਰੂ ਸਿੰਘ ਦੀ ਜੁੱਤੀ ਮੰਗਵਾ ਕੇ ਚਾਰ ਪੰਜ ਆਪਣੇ ਸਿਰ ਵਿੱਚ ਮਰਾ, ਜੇ ਤੈਨੂੰ ਆਰਾਮ ਆ ਗਿਆ ਤਾਂ ਠੀਕ ਹੈ, ਜੇ ਨਹੀਂ ਆਰਾਮ ਆਇਆ ਤੇ ਮੈਂ ਵੀ ਸਜ਼ਾ ਦਾ ਭਾਗੀਦਾਰ ਬਣਨ ਲਈ ਤਿਆਰ। ਭਾਈ ਤਾਰੂ ਸਿੰਘ ਦੀ ਜੁੱਤੀ ਮੰਗਾਈ ਗਈ, ਜਦੋਂ ਚਾਰ ਪੰਜ ਜੁੱਤੀਆਂ ਜ਼ਕਰੀਆ ਖਾਨ ਦੇ ਸਿਰ 'ਚ ਵੱਜਦੀਆਂ ਨੇ ਨਾ ਤੇ ਉਹਨੂੰ ਆਰਾਮ ਆਉਂਦਾ, ਉਹ ਆਰਾਮ ਆਉਂਦਾ। ਥੋੜ੍ਹੀ ਦੇਰ ਬਾਅਦ ਪੰਜ ਛੇ ਹੋਰ ਮਰਾਉਂਦਾ, ਕਹਿੰਦੇ ਸਮਾਂ ਬੀਤਦਾ ਗਿਆ। ਇਹਨੇ ਅਖੀਰ ਵਿੱਚ ਆ ਕੇ ਕਿਹਾ ਵੀ ਮੇਰੇ ਹੱਥ ਪੈਰ ਬੰਨ ਦਿਓ, ਮੇਰੇ ਕਹਿਓ ਤੁਸੀਂ ਬੰਦ ਨਹੀਂ ਕਰਨਾ, ਮੈਨੂੰ ਜਿੰਨਾ ਮਰਜ਼ੀ ਦੁੱਖ ਹੋਵੇ ਮੇਰੇ ਸਿਰ ਵਿੱਚ ਜੁੱਤੀਆਂ ਮਾਰਦੇ ਰਹੋ। ਇਤਿਹਾਸ ਕਹਿੰਦਾ 21 ਦਿਨ ਜ਼ਕਰੀਆ ਖਾਨ ਦੇ ਸਿਰ ਵਿੱਚ ਭਾਈ ਤਾਰੂ ਸਿੰਘ ਦੀਆਂ ਜੁੱਤੀਆਂ ਵੱਜਦੀਆਂ ਰਹੀਆਂ, 21 ਦਿਨ ਵੱਜਦੀਆਂ ਰਹੀਆਂ। 21ਵੇਂ ਦਿਨ ਜ਼ਕਰੀਆ ਖਾਨ ਦੀ ਮੌਤ ਹੋਈ ਤੇ ਮੌਤ ਦੀ ਖਬਰ ਭਾਈ ਤਾਰੂ ਸਿੰਘ ਤੱਕ ਪਹੁੰਚੀ। ਭਾਈ ਤਾਰੂ ਸਿੰਘ ਜੀ ਨੇ ਵੀ ਹੱਥ ਜੋੜੇ ਕਿਹਾ, ਸੱਚੇ ਪਾਤਸ਼ਾਹ ਗੁਰਪੂਰਾ ਭੇਟਿਓ ਬਡਭਾਗੀ, ਮਨੇ ਭਿਆ ਪ੍ਰਗਾਸਾ, ਕੋਈ ਨਾ ਪਹੁੰਚਣ ਹਾਰਾ ਦੂਜਾ, ਆਪਣੇ ਸਾਹਿਬ ਕਾ ਪ੍ਰਭਾਸਾ। ਇਹ ਮਹਾਨ ਗੁਰਸਿੱਖ ਭਾਈ ਤਾਰੂ ਸਿੰਘ ਵੀ ਉਸ ਕਰਤੇ ਵਿੱਚ ਅਕਾਲ ਅਕਾਲ ਕਹਿੰਦਾ ਅਕਾਲ ਵਿੱਚ ਲੀਨ ਹੋ ਗਏ। ਇਹ ਭਾਈ ਤਾਰੂ ਸਿੰਘ ਦੀ ਸ਼ਹੀਦੀ ਹੈ। ਅਤੇ ਅੱਜ ਦੇ ਜਿਹੜਾ ਮਹੀਨਾ ਆਰੰਭ ਹੋਏ ਇਹਦੇ ਨਾਲ ਵੀ ਇਹ ਮਿਲਦੀ ਹੈ, ਕਿਉਂਕਿ ਜਦੋਂ ਵੀ ਸਾਉਣ ਦਾ ਮਹੀਨਾ ਆਰੰਭ ਹੋਏਗਾ ਉਦੋਂ ਹੀ ਭਾਈ ਤਾਰੂ ਸਿੰਘ ਦੀ ਸ਼ਹੀਦੀ ਆਏਗੀ। 1 ਸਾਉਣ ਨੂੰ ਭਾਈ ਤਾਰੂ ਸਿੰਘ ਦੀ ਸ਼ਹੀਦੀ ਆਉਂਦੀ ਹੈ। ਯਾਦ ਰੱਖਿਓ, ਸਾਵਣ ਦਾ ਮਹੀਨਾ ਵੀ ਸਾਨੂੰ ਇਹ ਸਮਝਾਉਂਦਾ, ਸਾਵਣ ਸਰਸੀ ਕਾਮਣੀ ਚਰਨ ਕਮਲ ਸਿਉਂ ਪਿਆਰ, ਮਨ ਤਨ ਰੱਤਾ ਇੱਕੋ ਨਾਮ ਆਧਾਰ, ਜਿਨ੍ਹਾਂ ਦਾ ਮਨ ਅਤੇ ਤਨ ਦੋਨੋਂ ਰੱਤੇ ਗਏ ਨਾਮ ਦੇ ਰੰਗ ਵਿੱਚ, ਉਹਨਾਂ ਦੀ ਜ਼ਿੰਦਗੀ ਦਾ ਆਧਾਰ ਕੇਵਲ ਤੇ ਕੇਵਲ ਇੱਕ ਪਰਮਾਤਮਾ ਬਣ ਜਾਂਦਾ ਹੈ। ਪਿਆਰੇ ਭਾਈ ਤਾਰੂ ਸਿੰਘ ਨੇ ਆਪਣੇ ਅੰਦਰ ਨੂੰ ਰੰਗ ਲਿਆ, ਆਪਣੇ ਅੰਦਰ ਨੂੰ ਰੰਗ ਲਿਆ ਅਤੇ ਵਿਖਿਆ ਰੰਗ ਕੁੜਾਵਿਆ, ਦੁਨੀਆਂ ਦੇ ਲਾਲਚਾਂ ਦੇ ਰੰਗ, ਦੁਨੀਆਂ ਦੀਆਂ ਜ਼ਗੀਰਾਂ ਦੇਣ ਦੇ ਰੰਗ ਆਪਣੀ ਜ਼ਿੰਦਗੀ 'ਚੋਂ ਲਾਹ ਦਿੱਤੇ। ਵਿਖਿਆ ਰੰਗ ਕੁੜਾਵਿਆ ਦਿਸਣ ਸੱਪੇ ਛਾਰ, ਕਿਉਂਕਿ ਭਾਈ ਤਾਰੂ ਸਿੰਘ ਨੂੰ ਪਤਾ ਸੀ ਵੀ ਇਹ ਜਿਹੜੇ ਰੰਗ ਦੁਨੀਆਂ ਦਿਖਾ ਰਹੀ ਹੈ ਇਹ ਖਤਮ ਹੋਣ ਵਾਲੇ ਨੇ। ਜਿਹੜਾ ਗੁਰੂ ਨੇ ਗੂੜਾ ਰੰਗ ਚਾੜੇ ਹੈ ਨਾ ਮਜੀਠ ਦਾ, ਜਿਹੜਾ ਬਾਣੀ ਦਾ ਸਿੱਖੀ ਦਾ, ਇਹ ਰੰਗ ਕਦੇ ਖਤਮ ਹੋਣ ਵਾਲਾ ਨਹੀਂ। ਐਸੇ ਮਹਾਨ ਗੁਰਸਿੱਖ ਭਾਈ ਤਾਰੂ ਸਿੰਘ ਦਾ ਤੁਸੀਂ ਸ਼ਹੀਦੀ ਦਿਹਾੜਾ ਮਨਾ ਰਹੇ ਹੋ, ਅੱਜ ਪ੍ਰੇਰਨਾ ਲੈ ਕੇ ਜਾਇਓ। ਜਿਵੇਂ ਬਚਪਨ ਵਿੱਚ ਨਾ ਜਦੋਂ ਬੱਚਾ ਜਨਮਦਾ, ਉਹ ਜਨਮ ਤੋਂ ਹੀ ਆਪਾਂ ਜਿੱਥੇ ਉਹਦੀ ਸਿਹਤ ਦਾ ਵੀ ਖਿਆਲ ਰੱਖਦੇ ਹਾਂ, ਉਹਨੂੰ ਕੁਝ ਘੰਟਿਆਂ ਦੇ ਵਿੱਚ ਇੱਕ ਟੀਕਾ ਲੱਗਦਾ, ਇੱਕ ਟੀਕਾ ਲੱਗਦਾ ਉਹ ਬੱਚੇ ਦੇ ਜਨਮ 'ਤੇ। ਧਿਆਨ ਕਰਨਾ, ਉਹ ਜਦੋਂ ਟੀਕਾ ਲਾਉਣ ਲੱਗਦੇ ਆ ਬੱਚੇ ਨੂੰ ਦੁੱਖ ਤਾਂ ਹੁੰਦਾ ਹੋਏਗਾ ਨਾ। ਇੱਕ ਮਾਂ ਨੇ ਡਾਕਟਰ ਨੂੰ ਕਿਹਾ, ਕਹਿਣ ਲੱਗੀ, ਡਾਕਟਰ ਸਾਹਿਬ ਹਲੇ ਕੁਝ ਘੰਟੇ ਦਾ ਇਹ ਬੱਚਾ ਹੈ, ਇਹਦਾ ਟੀਕਾ ਨਾ ਲਾਇਓ। ਜਦੋਂ ਇਹ ਸਾਲ 2 ਸਾਲ ਦਾ ਹੋ ਗਿਆ ਤੇ ਉਦੋਂ ਇਹਦਾ ਇਹ ਟੀਕਾ ਲਾ ਦਿਓ, ਉਦੋਂ ਮੈਂ ਲਵਾਉਣ ਲਈ ਤਿਆਰ ਹਾਂ। ਪਰ ਹੁਣ ਕੋਮਲ ਜਿਹਾ ਸਰੀਰ ਹੈ,
ਇਹਨੂੰ ਪਤਾ ਨਹੀਂ ਹਲੇ ਦੁਨੀਆਂ ਦਾ ਵੀ ਤੁਸੀਂ ਇਹਦੇ ਟੀਕਾ ਲਾਉਣ ਲੱਗੇ ਹੋ। ਅੱਗੋਂ ਡਾਕਟਰ ਪੜ੍ਹਿਆ ਸੀ, ਡਾਕਟਰੀ ਕੀਤੀ ਸੀ, ਉਹ ਕਹਿਣ ਲੱਗਿਆ ਮਾਂ ਇਹ ਜਿਹੜੀ ਗੱਲ ਤੂੰ ਕਹਿ ਰਹੀ ਹੈ ਇਹ ਮਮਤਾ 'ਚ ਭਿੱਜ ਕੇ ਕਹਿ ਰਹੀ ਹੈ, ਪਰ ਮੈਂ ਤੈਨੂੰ ਇੱਕ ਗੱਲ ਦੱਸਣੀ ਚਾਹੁੰਦਾ, ਮੈਂ ਜਿੰਨੀ ਪੜ੍ਹਾਈ ਕੀਤੀ ਹੈ ਵੀ ਜੇ ਇਹ ਟੀਕਾ ਨਾ ਲੱਗਿਆ ਕੱਲ੍ਹ ਨੂੰ 15-20 ਸਾਲ ਦਾ ਹੋ ਗਿਆ ਅਤੇ ਇਹਨੇ ਕੋਈ ਬਿਮਾਰੀ ਲੱਗ ਗਈ, ਫਿਰ ਤੂੰ ਮੈਨੂੰ ਦੋਸ਼ ਨਾ ਦੇਈਂ, ਫਿਰ ਤੂੰ ਮੈਨੂੰ ਦੋਸ਼ ਨਾ ਦੇਈਂ। ਧਿਆਨ ਕਰਿਓ, ਮਾਂ ਕਹਿਣ ਲੱਗੀ ਅੱਛਾ ਡਾਕਟਰ ਸਾਹਿਬ ਇਸ ਤਰ੍ਹਾਂ ਹੋ ਸਕਦਾ? ਕਹਿਣ ਲੱਗੇ ਹਾਂ ਬਿਲਕੁਲ ਹੋ ਸਕਦਾ। ਕਹਿਣ ਲੱਗੀ ਫਿਰ ਤੁਸੀਂ ਲਗਾ ਦਿਓ, ਮੈਂ ਆਪਣੀ ਮਮਤਾ ਦਬਾ ਲੈਂਦੀ ਹਾਂ, ਇਹਦੇ ਟੀਕਾ ਲਾ ਦਿਓ ਤਾਂ ਕਿ ਮੈਂ ਜਵਾਨੀ ਤੱਕ ਪਹੁੰਚਦੇ ਇਹਨੂੰ ਕੋਈ ਬਿਮਾਰੀ ਨਾ ਲੱਗੇ। ਗੁਰਸਿੱਖੋ, ਜੇ ਉਹ ਬੱਚੇ ਦਾ ਬਚਪਨ ਵਿੱਚ ਜਨਮ ਤੋਂ ਟੀਕਾ ਲੱਗਦਾ, ਇੱਕ ਟੀਕਾ ਅਸੀਂ ਆਪਣੀ ਜ਼ਿੰਦਗੀ ਵਿੱਚ ਆਪਣੇ ਬੱਚਿਆਂ ਦੇ ਲਾਈਏ, ਉਹ ਟੀਕਾ ਕਿਹੜਾ ਅੰਮ੍ਰਿਤ ਵੇਲੇ ਦਾ, ਉਹ ਟੀਕਾ ਕਿਹੜਾ ਬਾਣੀ ਦਾ, ਉਹ ਟੀਕਾ ਕਿਹੜਾ ਗੁਰਸਿੱਖੀ ਦਾ, ਉਹ ਟੀਕਾ ਕਿਹੜਾ ਅੰਮ੍ਰਿਤ ਦਾ, ਉਹ ਟੀਕਾ ਕਿਹੜਾ ਸੰਗਤ ਦਾ। ਇਹ ਟੀਕੇ ਤੁਸੀਂ ਆਪਣੇ ਬੱਚਿਆਂ ਦੇ ਬਚਪਨ ਵਿੱਚ ਹੀ ਲਾਉਣੇ ਸ਼ੁਰੂ ਕਰਦੇ ਹੋ ਤਾਂ ਕਿ ਕੱਲ੍ਹ ਨੂੰ ਇਹ ਨਾ ਹੋਵੇ ਵੀ ਜਵਾਨੀ ਤੱਕ ਪਹੁੰਚਦਿਆਂ ਕੋਈ ਬਿਮਾਰੀ ਨਾ ਲੱਗ ਜਾਵੇ। ਬਿਮਾਰੀ ਕਿਹੜੀ? ਨਸ਼ਿਆਂ ਦੀ, ਪਤਿਤ ਪੁਣੇ ਦੀ, ਭੈੜੇ ਕੰਮਾਂ ਦੀ। ਜੇ ਇਹਨਾਂ ਚੀਜ਼ਾਂ ਤੋਂ ਬਚਾਉਣਾ ਚਾਹੁੰਦੇ ਹੋ ਤੇ ਆ ਬਚਪਨ ਵਿੱਚ ਹੀ ਟੀਕੇ ਲਾਉਣੇ ਸ਼ੁਰੂ ਕਰ ਦਿਓ, ਤੁਹਾਡੀ ਜ਼ਿੰਦਗੀ ਗੁਰੂ ਦੇ ਘਰ ਵਿੱਚ ਕਬੂਲ ਹੋ ਜਾਵੇਗੀ, ਰਹਿਮਤ ਬਖਸ਼ੇਗੀ, ਸਤਿਗੁਰੂ ਕਿਰਪਾ ਕਰਨ। ਆਪ ਜੀ ਸਾਰੇ ਅੱਜ ਭਾਈ ਤਾਰੂ ਸਿੰਘ ਦਾ ਸ਼ਹੀਦੀ ਦਿਹਾੜਾ ਸਮੂਹ ਸੰਸਾਰ ਵਿੱਚ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ। ਅੱਜ ਇਸ ਗੁਰੂ ਘਰ ਵਿੱਚ ਵੀ ਵਿਸ਼ੇਸ਼ ਸਮਾਗਮ ਸਜੇ ਨੇ, ਪ੍ਰੇਰਨਾ ਲੈ ਕੇ ਜਾਇਓ। ਅੱਜ ਤੋਂ ਬਾਅਦ ਜਿਹੜੇ ਮੇਰੇ ਗੁਰਸਿੱਖ ਵੀਰ ਨੇ ਮੁਬਾਰਕ ਹੈ, ਪਰ ਜਿਹੜੇ ਹਲੇ ਸਿੱਖੀ ਨਾਲ ਨਹੀਂ ਜੁੜੇ, ਜਿਹੜੇ ਆਪਣੇ ਕੇਸਾਂ ਦੀ ਬੇਅਦਬੀ ਕਰਦੇ ਨੇ, ਅੱਜ ਪ੍ਰੇਰਨਾ ਲੈ ਕੇ ਜਾਇਓ 25 ਸਾਲ ਦੇ ਸ਼ਹੀਦ ਭਾਈ ਤਾਰੂ ਸਿੰਘ ਦੀ ਸ਼ਹੀਦੀ ਤੋਂ ਵੀ ਇੰਨੀ ਨੌਜਵਾਨੀ ਵਿੱਚ ਵੀ ਉਹ ਆਪਣੀ ਖੋਪੜੀ ਉਤਰਵਾ ਗਏ, ਪਰ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾ ਕੇ ਗਏ ਨੇ। ਅੱਜ ਸਾਨੂੰ ਵੀ ਉਸ ਪਾਸੇ ਚੱਲਣ ਦੀ ਲੋੜ ਹੈ, ਫਿਰ ਸਤਿਗੁਰੂ ਆਪ ਕਿਰਪਾ ਕਰਨਗੇ, ਆਪ ਰਹਿਮਤ ਕਰਨਗੇ। ਇੰਨੀਆਂ ਕੁ ਵਿਚਾਰਾਂ ਪ੍ਰਵਾਨ ਕਰਨੀਆਂ ਜੀ। ਬਹੁਤ ਬਹੁਤ ਧੰਨਵਾਦ ਹੈ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦਾ, ਆਪ ਸਮੂਹ ਸੰਗਤਾਂ ਦਾ ਜਿਨ੍ਹਾਂ ਨੇ ਬੜੀ ਇਕਾਗਰਤਾ ਬਖਸ਼ੀ ਹੈ। ਸਤਿਗੁਰੂ ਕਿਰਪਾ ਕਰਨ, ਇਸੇ ਤਰ੍ਹਾਂ ਹੀ ਸਾਨੂੰ ਜੋੜੀ ਰੱਖਣ। ਧੰਨਵਾਦ ਹੈ ਖਹਿਰਾ ਸਾਹਿਬ ਜੀ ਦਾ, ਜਿਨ੍ਹਾਂ ਨੇ ਸਾਧ ਸੰਗਤ ਜੀ ਇਹ ਵੀਡੀਓ ਯੂਟਿਊਬ 'ਤੇ ਪਾ ਦਿੰਦੇ ਨੇ। ਗੁਰੂ ਕਿਰਪਾ ਕਰੇ, ਇਹਨਾਂ ਨੂੰ ਵੀ ਚੜ੍ਹਦੀ ਕਲਾ ਬਖਸ਼ੇ। ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।